ਵਹਜਨ ਦਰविड़ ਪਾਰਟੀ ਬੇਗੰਪੁਰਾ ਭਾਰਤ ਭਾਈਚਾਰਾ ਯਾਤਰਾ ਲੈ ਕੇ ਉਹ ਅੱਜ ਪਹੁੰਚੇ ਨੇ ਅੱਜ ਹੁਸ਼ਿਆਰਪੁਰ ਵਿੱਚ ਹੈਗੇ ਉਹਨਾਂ ਦੇ ਹਸਾਬ ਦੇ ਨਾਲ ਦਲਿਤ ਜੇ ਕੋ ਮੋਛਰਾ ਖਲਿੰਦਾ ਤੱਕ ਕੁੱਟਿਆ ਜਾਂਦਾ ਹੈਗਾ ਜੇ ਕੋ ਘੋੜੀ ਤੇ ਚੜ ਜਾਂਦਾ ਮਾਰਿਆ ਜਾਂਦਾ ਇਥੋਂ ਤੱਕ ਕਿ ਬਹੁਤ ਸਾਰੇ ਇਕਟਨਾਵਾ ਇਦਾਂ ਦੀਆਂ ਵਾਪਰੀਆਂ ਵੀ ਜੇ ਕਿਸੇ ਨੇ ਚੰਗੇ ਸੋਹਣੇ ਕੱਪੜੇ ਪਾ ਲਏ ਤਾਂ ਉਹਨਾਂ ਦੇ ਕੋਲੋਂ ਉਹ ਵੀ ਜਰਿਆ ਨੀ ਜਾਂਦਾ ਹੈਗਾ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਇਹ ਇੱਕ ਇੱਕ ਤਾਂ ਹੋ ਗਈ ਬਿਮਾਰੀ ਹਨਾ ਜੀ ਪਈਆ ਇੱਕ ਪ੍ਰੋਬਲਮ ਆ ਤੇ ਸਾਨੂੰ ਉਹ ਆਪਣਾ ਹਿੱਸਾ ਨਹੀਂ ਮੰਨਦੇ ਸਾਨੂੰ ਉਸ ਤਰੀਕੇ ਨਾਲ ਮਾਨਸ ਨਮਾਨ ਨਹੀਂ ਦਿੰਦੇ ਹੈਗੇ ਭਾਰਤ ਦਾ ਸੰਵਿਧਾਨ ਹੈਗਾ ਤੁਹਾਨੂੰ ਲੱਗਦਾ ਕਿ ਉਹਦੇ ਵਿੱਚੋਂ ਤੁਹਾਡੀ ਆਜ਼ਾਦੀ ਤੁਹਾਡੀ ਅਣਖ ਤੁਹਾਡੀ ਮਾਨ ਮਰਿਆਦਾ ਤੁਹਾਨੂੰ ਲੱਗਦਾ ਕਿ ਉਹਦੇ ਵਿੱਚੋਂ ਨਿਕਲ ਸਕਦਾ ਕੋਈ ਰਾਹ ਜਿਹੜੇ ਪਿਛਲੇ ਮਨੁੱਖ ਸਮਰਤੀ ਦਾ ਟਾਈਮ ਸੀਗਾ ਉਸ ਤੋਂ ਜਿਹੜੀ ਚੀਜ਼ਾਂ ਚੱਲੀਆਂ ਸੀਆਂ ਉਹੀ ਅੱਜ ਕੱਲ ਦੀ ਸਰਕਾਰ ਜਿਹੜੀ ਹੈ ਉਸ ਨੂੰ ਲੈ ਕੇ ਚੱਲ ਰਹੀ ਹੈ ਕਿ ਤੁਸੀਂ ਰਾਜ ਲੈਣਾ ਹੈ ਤਾਂ ਰਾਜ ਤੁਹਾਨੂੰ ਉਦਾਂ ਨਹੀਂ ਮਿਲਣਾ ਚਾਹਿਆ ਔਰ ਰਾਜ ਦੇ ਲੈਣ ਦੇ ਲੈ ਤੁਹਾਨੂੰ ਐਕਚੁਅਲੀ ਜਿਹੜਾ ਹੈਗਾ ਤੁਹਾਨੂੰ ਬਾਹਰ ਨਿਕਲਣਾ ਪੈਗਾ ਜੇ ਕਹੋਗੇ ਤੁਹਾਨੂੰ ਵੈਸੇ ਹੀ ਤੁਹਾਨੂੰ ਕੋਈ ਰਾਜ ਦੇ ਦੇ ਕੋਈ ਪਰੋਸਣ ਵਾਲਾ ਨਹੀਂ ਤਾਂ ਰਾਜ ਤੁਹਾਨੂੰ ਖੋਣਾ ਪੈਗਾ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਗੀ ਜੇ ਤੁਸੀਂ ਰਾਜ ਦੀ ਗੱਲ ਕਰਦੇ ਹੋ ਜਾਂ ਤੁਹਾਨੂੰ ਇਹ ਲੱਗਦਾ ਕਿ ਅਸੀਂ ਜਦੋਂ ਤੁਹਾਡੇ ਵਰਗੇ ਲੋਕ ਕਾਬਜ ਹੋ ਜਾਣਗੇ ਸੱਤਾ ਦੇ ਉੱਪਰ ਇਸ ਸੰਵਿਧਾਨ ਦੇ ਤਹਿਤ ਫਿਰ ਤੁਸੀਂ ਆਜ਼ਾਦੀ ਦਾ ਨਿਕ ਮਤਲਬ ਤੁਸੀਂ ਆਪਣੀ ਆਜ਼ਾਦੀ ਦਾ ਰਾਹ ਜਿਹੜਾ ਹੈਗਾ ਕਦੇ ਝੋ ਲੱਭਦੇ ਹੋ ਕਿ ਸਾਨੂੰ ਸਿੱਖਿਆ ਦਾ ਅਧਿਕਾਰ ਹੋਣਾ ਚਾਹੀਦਾ ਸਾਨੂੰ ਜ਼ਮੀਨ ਦਾ ਅਧਿਕਾਰ ਹੋਣਾ ਚਾਹੀਦਾ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਇਹ ਤਾਂ ਅਧਿਕਾਰ ਤੁਹਾਨੂੰ ਦਿੰਦਾ ਹੈਗਾ ਭਾਰਤ ਦਾ ਸੰਵਿਧਾਨ ਵੀ ਦਿੰਦਾ ਹੈਗਾ ਉਹ ਵੀ ਦਿੰਦਾ ਹੈਗਾ ਉਹ ਤੁਹਾਨੂੰ ਕਹਿੰਦੇ ਆ ਕਿ 5 ਸਾਲ ਬਾਅਦ ਵੋਟਾਂ ਅਗਲੀਆਂ ਪਾਓ ਤੁਸੀਂ ਵੋਟਾਂ ਪਰ ਵੋਟਾਂ ਤੁਸੀਂ ਪਾਉਣੇ ਹੈਗੇ ਸਾਰਾ ਕੁਝ ਕਰਦੇ ਹੋ ਪਰ ਤੁਹਾਨੂੰ ਆਜ਼ਾਦੀ ਦਾ ਫਿਰ ਵੀ ਨਹੀਂ ਤੁਸੀਂ ਦੇਖੋ ਕਿੰਨੇ 75 76 77 ਬਰੇ ਹੋ ਗਿਆ ਪਾਜ ਵੀ ਰੁਲਦੇ ਪਏ ਇੱਥੇ ਤੁਹਾਨੂੰ ਪੰਜਾਬ ਦੇ ਸਿੱਖਾਂ ਨੇ ਘੋੜੇ ਤੇ ਵੀ ਚੜਾਇਆ ਹਨਾ ਪੰਜਾਬ ਦੇ ਸਿੱਖਾਂ ਨੇ ਕਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਨਾ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਵਿਚਾਰਤਾ ਰਹਿ ਗਿਆ ਉਹਨੇ ਘੋੜੇ ਤੇ ਚੜਾਇਆ ਤੁਹਾਨੂੰ ਹਨਾ ਜੀ ਅੱਛਾ ਕਈ ਵਾਰ ਨਾ ਪਾਇਆ ਗੱਲ ਕਹਿੰਦੇ ਆ ਕਿ ਜਿਹੜਾ ਭਾਰਤ ਦਾ ਸੰਵਿਧਾਨ ਡਾਕਟਰ ਅੰਬੇਦਕਰ ਜੀ ਹਨਾ ਉਹਨਾਂ ਨੇ ਲਿਖਿਆ ਉਹਨਾਂ ਨੇ ਸਿੱਖਾਂ ਨੂੰ 6 ਇੰਚ ਦੀ ਕਿਰਪਾਨ 3 ਫੁੱਟ ਦੀ ਕਿਰਪਾਨ ਕੈਰੀ ਕਰਨ ਦੀ ਆਗਿਆ ਦਿੱਤੀ ਹੈਗੀਆ ਪਰ ਇੱਥੇ ਸਰਦਾਰ ਸਿਮਰਨ ਸਿੰਘ ਮਾਨ ਇਲੈਕਸ਼ਨ ਜਿੱਤਦੇ ਆ ਪਾਰਲੀਮੈਂਟ ਚ ਜਾਂਦੇ ਆ ਉਹਨਾਂ ਨੂੰ ਉਹ ਸ਼੍ਰੀ ਸਾਹਿਬ ਲੈ ਕੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਹੈਗਾ ਭਾਰਤ ਦਾ ਸੰਵਿਧਾਨ ਤੁਹਾਨੂੰ ਆਗਿਆ ਦਿੰਦਾ ਉਹ ਇਦਾਂ ਕਹਿੰਦੇ ਹੈਗੇ ਆ ਪਰ ਮੈਂ ਕਈ ਵਾਰ ਇਹ ਸੋਚਦਾ ਸੀਗਾ ਕਿ ਭਾਰਤ ਦਾ ਸੰਵਿਧਾਨ ਤੁਹਾਨੂੰ 6 ਫੁੱਟ 6 ਇੰਚ ਦੀ ਕਿਰਪਾਨ ਕੈਰੀ ਕਰਨ ਦੀ ਆਗਿਆ ਦਿੰਦਾ 3 ਫੁੱਟ ਦੀ ਕਿਰਪਾਨ ਪਰ ਇਦੋਂ ਆਪਾਂ ਪਿੱਛੇ ਚੱਲ ਜਾਂਦੇ ਆ ਜਦੋਂ ਤੇ ਗੁਰੂ ਸਾਹਿਬ ਜੀ ਨੇ ਤਾਂ ਇਦੋਂ ਕਿਤੇ ਪਹਿਲਾਂ ਤੁਹਾਨੂੰ ਰਾਜ ਬਖਸ਼ਿਆ ਸੀਗਾ ਸਾਡਾ ਰਾਜ ਹੁੰਦਾ ਸੀਗਾ ਇੱਕ ਉਹ ਚੀਜ਼ ਵਾ ਇੱਕ ਭਾਰਤ ਦਾ ਸੰਵਿਧਾਨ ਕੰਪੈਰੀਜ਼ਨ ਕਰਦੇ ਹੋ ਤੁਸੀਂ ਕਦੀ ਲੋ ਤਾਂ ਸਿੱਖ ਕੌਮ ਦੇ ਕੋਲ ਤਾਂ ਆਪਣਾ ਰਾਜ ਸੀਗਾ ਆਪਣੀਆਂ ਤੋਪਾਂ ਸੀ ਦੀਆਂ ਇੱਥੇ ਤੁਸੀਂ 3 ਫੁੱਟ ਦੀ ਕਿਰਪਾਨ ਤੇ ਸੀਮਿਤ ਹੋ ਕੇ ਰਹਿ ਗਏ ਉਹ ਵੀ ਪਾਰਲੀਮੈਂਟ ਦੀ ਨਹੀਂ ਲੈ ਕੇ ਜਾਣ ਦਿੰਦੇ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿੱਖ ਕੌਮ ਤੋਂ ਜੇ ਤੁਸੀਂ ਪ੍ਰਭਾਵਤਾਜੋ ਹੁੰਦੇ ਹੋ ਤਾਂ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਸਿੱਖ 75 ਸਾਲਾਂ ਬਾਅਦ ਵੀ ਸਿੱਖ ਤੇ ਮੋੜ ਆਜ਼ਾਦੀ ਦੇ ਰਾਹ ਪਏ ਹੋਏ ਆ ਵੀ ਜਿਹੜਾ ਸਾਡਾ ਕਲੀ ਰਾਜ ਹੁੰਦਾ ਸੀ ਅਸੀਂ ਉਹ ਖਾਲਸਾ ਰਾਜ ਚਾਹੁੰਦੇ ਆ ਤੁਹਾਨੂੰ ਲੱਗਦਾ ਕਿ ਜੇ 85% ਲੋਕ ਜਾਗਰੂਕ ਹੋ ਜਾਣ ਤੁਹਾਨੂੰ ਐਂ ਲੱਗਦਾ ਕਿ ਉਹ ਜਾਗਰੂਕ ਹੋ ਕੇ ਸਹੀ ਲੋਕਾਂ ਨੂੰ ਵੋਟ ਪਾਉਣ ਜਾਇਓ ਲੱਗਦਾ ਤੁਹਾਨੂੰ ਕਿ ਜਦੋਂ ਤੁਹਾਡੇ ਵਰਗੇ ਸਿਆਲੇ ਬੰਦੇ ਇੱਥੇ ਸੱਤਾ ਦੇ ਕਾਬਜ ਹੋਗੇ ਤਾਂ ਫੇਰ ਠੀਕ ਹੋ ਜਾਊਗਾ ਐਂ ਲੱਗਦਾ ਤੁਹਾਨੂੰ ਸੋ ਸਿੱਖਾਂ ਨੂੰ ਮਜਬੂਰ ਹੋ ਕੇ ਉਧਰ ਲੱਬੇ ਨੂੰ ਤੁਰਨਾ ਪਿਆ ਜਿੱਧਰ ਲੱਬੇ ਨੂੰ ਤੁਰਿਆ ਨੂੰ ਉਹਨਾਂ ਨੂੰ ਕਹਿਣਾ ਪਿਆ ਕਿ ਇਹ ਅੱਤਵਾਦੀ ਆ ਹੁਣ ਸਿੱਖ ਚਾਹੁੰਦੇ ਆ ਕਿ ਨਹੀਂ ਬਈ ਅਸੀਂ ਤੁਹਾਡਾ ਧੱਕਾ 75 ਵਰੇ ਚੱਲ ਲਿਆ ਅਸੀਂ ਨਹੀਂ ਤੁਹਾਡਾ ਧੱਕਾ ਹੋਰ ਚੱਲ ਸਕਦੇ ਉਹਨਾਂ ਸਿੱਖਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਆਜ਼ਾਦੀ ਦੇ ਰਾਹ ਪਏ ਹੋਏ ਆ ਅੱਜ ਇੱਥੇ ਵੀ ਜਿਨ੍ਹਾਂ ਨੇ ਤੁਹਾਨੂੰ ਸਨਮਾਨਤ ਕੀਤਾ ਦਲ ਖਾਲਸਾ ਵਾਲਿਆਂ ਨੇ ਉਹਤੇ ਇਲੈਕਸ਼ਨ ਵੀ ਨਹੀਂ ਉਹ ਕਹਿੰਦੇ ਸਾਡਾ ਇਲੈਕ ਨਾਈ ਇਲੈਕਸ਼ਨ ਨਾ ਬੋਟਾਂ ਦੇ ਸਿਸਟਮ ਦੇ ਵਿੱਚ ਪੈਂਦੀ ਹੈਗੇ ਆ ਉਹ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਆ ਤੁਹਾਨੂੰ ਲੱਗਦਾ ਕਿ ਠੀਕ ਆ ਉਹ ਆਪਣੇ ਰਾਹ ਤੇ ਠੀਕ ਨੇ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਉਹਨਾਂ ਨੂੰ ਮੁੜੇ ਆਉਣਾ ਚਾਹੀਦਾ ਪਿਛੇ ਆਪਾਂ ਜਿੰਨੇ ਦਾ ਘਰੇ ਬੈਠੇ ਹੈਗੇ ਆ ਅੱਜ ਇਸ ਪਾਰਟੀ ਨੇ ਆਪਾਂ ਨੂੰ ਸਨਮਾਨ ਕਿੱਥੇ ਕੀਤਾ ਹੈਗਾ ਉਹ ਖਾਲਸਾ ਦੋਰਾ ਪਈ ਹੋਈ ਆ ਸਿੱਧੀ ਸਿੱਧੀ ਗੱਲ ਆ ਉਹ ਕਹਿੰਦੇ ਸਾਡਾ ਖਾਲਸਾ ਤੋਂ ਬਿਨਾ ਕੋਈ ਹੋਰ ਹੱਲ ਨਹੀਂ ਹੈਗਾ ਸਪੋਰਟ ਕਰਦੇ ਹੋ ਖਾਲਸਾ ਦਲ ਦੀ ਭਾਵੇਂ ਤੁਸੀਂ ਉਧਰ ਜਿੱਧਰ ਮਰਜ਼ੀ ਵਿਚਰੋ ਸਪੋਰਟ ਕਰਦੇ ਹੋ ਉਹਨਾਂ ਦੀ ਮੈਂ ਉਹੀ ਗੱਲ ਕਰ ਰਿਹਾ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਜਿਹੜਾ ਸਮੇਂ ਸੀਗਾ ਅਸੀਂ ਚਾਹੁੰਦੇ ਹਾਂ ਕਿ ਉਸ ਤਰ੍ਹਾਂ ਦਾ ਹੀ ਸਮਾਂ ਆਣਾ ਚਾਹੀਦਾ ਖਾਲਸਾ ਉਹ ਹੀ ਖਾਲਸਾ ਨੇ ਵੋਟਾਂ ਦੇ ਵਿੱਚੋਂ ਨਿਕਲ ਨਿਕਲੇਗਾ ਤੁਹਾਨੂੰ ਲੱਗਦਾ ਵੋਟਾਂ VOTING ਸਿਸਟਮ ਦੇ ਵਿੱਚੋਂ ਨਿਕਲ ਸਕਦਾ ਹੋ ਜਾ ਰਾਹੀ ਇਹ ਤਾਂ ਉਹ ਰੋਟਿੰਗ ਸਿਸਟਮ ਲੈ ਕੇ ਤਰ ਭਰੇ ਲੇ ਗਏ। 75 ਬਰੇ ਸੰ ਮੋਟਿੰਗ ਸਿਸਟਮ ਨੇ ਕੁਝ ਨਹੀਂ ਦਿੱਤਾ। ਉਹਦਾ ਕਾਰਨ ਸਿਰਫ ਫਿਰ ਵੀ ਅਸੀਂ ਫਿਰ ਵੀ ਹੱਲੇ ਹੋਰ ਅਸੀਂ ਅਜਮਾਉਣਾ ਚਾਹੁੰਦੇ। ਆਫਰਿੰਗ ਹੈਗੀ ਤੁਸੀਂ ਕਿਹਨੂੰ ਕਰਨੀ ਚਾਹੁੰਦੇ ਆਪਾਂ ਤਾਂ ਫਿਰ ਦੁਬਾਰਾ ਗੁਰੂ ਨੂੰ ਸਮਰਪਿਤ ਕਰਾਂਗੇ ਨਾ ਤੇ ਮੇਰਾ ਸਿਰ ਗੁਰੂ ਦੇ ਦਰ ਤੇ ਹਾਜ਼ਰ ਹੋਣਾ। ਹੁਣ ਦੋ ਵਿਚਾਰ ਤਰ੍ਹਾਂ ਆਇਆ। ਇੱਕ ਹੈਗੀ ਆ ਇਲੈਕਸ਼ਨ ਸਿਸਟਮ ਵਾਲੀ ਜਿਹੜਾ ਭਾਰਤ ਦਾ ਸੰਵਿਧਾਨ ਤੁਸੀਂ ਇਲੈਕਸ਼ਨ ਲੜ ਸਕਦੇ ਹੋ। ਹੁਣ ਇਲੈਕਸ਼ਨ ਤੁਸੀਂ 75 ਬਰੇ ਕਰਕੇ ਦੇਖ ਲੈਣੇ ਜਿ ਸਰਾ ਕੀ ਹੱਥ ਬੱਲੇ ਪੈਂਦਾ ਹੈਗਾ। 75% ਆਬਾਦੀ ਤੁਹਾਡੀ ਹੋਂਦ ਦੇ ਬਾਵਜੂਦ ਵੀ ਆ 85% ਆਬਾਦੀ ਤੁਹਾਡੀ ਹੁਣ ਦੇ ਬਾਵਜੂਦ ਵੀ 75 ਵਰਿਆਂ ਬਾਅਦ ਵੀ ਹਾਲਾਤ ਬਦਲਣੋਂ ਬੱਤਰ ਜਾਂ ਜਾਂ ਬੱਦ ਦੇ ਬੱਦੇ ਹੀ ਰਹਿ ਗਏ ਹਨਾ ਜੀ ਇੱਕ ਹੈਗਾ ਸਿਲੈਕਸ਼ਨ ਸਿਸਟਮ ਜਿੱਥੇ ਤੁਸੀਂ ਸੀਸ ਭੇਟ ਕਰਦੇ ਹੋ ਗੁਰੂ ਨੂੰ ਇੱਕ ਉਹ ਖਾਲਸਾ ਰਾਜ ਸਥਾਪਿਤ ਹੁੰਦਾ ਹੈਗਾ ਦੋ ਅਲੱਗ-ਅਲੱਗ ਵਿਚਾਰਧਾਰਾਵਾਂ ਹੋਣੀਆਂ ਮੈਨੂੰ ਐਂ ਲੱਗਦਾ ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਇਸ ਵੇਲੇ ਭਾਰਤ ਦਾ ਹਿੱਸਾ ਹੈ ਆਪਾਂ ਸਾਰੇ ਜਣੇ ਜਾਣਦੇ ਆ ਕਿ ਪੰਜਾਬ ਦੀ ਇਸ ਧਰਤੀ ਦੇ ਉੱਪਰ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜਪਾਗ ਹੋਇਆ ਕਰਦਾ ਸੀਗਾ ਗੁਰਬਾਣੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਇਹ ਉਹ ਧਰਤੀ ਹੈਗੀ ਆ ਜ ਜਿਹਨੂੰ ਆਪਾਂ ਕਹਿੰਨੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸੋ ਜਿੱਥੇ ਕਦੀ ਖਾਲਸੇ ਦਾ ਰਾਜ ਹੁੰਦਾ ਸੀਗਾ ਅੱਜ ਹਾਲਾਤ ਬਦਲ ਚੁੱਕੇ ਨੇ ਸਮਾਂ ਬਦਲ ਚੁੱਕਾ ਹੈਗਾ ਅੱਜ ਇੱਥੇ ਭਾਰਤ ਦੀ ਸਰਕਾਰ ਕਾਬਜ ਆ ਪਿੱਛੇ ਚਲ ਜੀ ਆਪਾਂ ਜਦੋਂ ਅੰਗਰੇਜ਼ ਇੱਥੇ ਕਾਬਜ ਸੀਗੇ ਉਹਨਾਂ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭਾਗ ਸੀਗਾ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਗਿਆ ਸੰਘਰਸ਼ ਹੋਇਆ ਬਹੁਤ ਕੁਝ ਵਾਪਰਿਆ 1947 ਨੂੰ ਉਹ ਕਹਿੰਦੇ ਕਿ ਮੁਲਕ ਆਜ਼ਾਦ ਹੋ ਗਿਆ ਉਹ ਲੋਕ ਆਜ਼ਾਦੀ ਦੇ ਜਸ਼ਨ ਮਨਾਉਂਦੇ ਨੇ ਦੂਏ ਬਨੇ ਪੰਜਾਬ ਦੇ ਵਿੱਚ ਹੀ ਨਹੀਂ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਸਿੱਖ ਵਸਦੇ ਨੇ ਉਹ ਇਹ ਮਹਿਸੂਸ ਕਰਦੇ ਆ ਕਿ 1947 ਤੋਂ ਲੈ ਕੇ ਅੱਜ ਤੱਕ 1978 ਤੱਕ ਪੰਜਾਬੀ ਸੂਬਾ ਉਦੋਂ ਪਿੱਛੇ ਚਲ ਜਾਈ ਹੈ 1984 1984 ਤੋਂ ਬਾਅਦ ਵਾਲੇ ਜਿਹੜੇ ਹਾਲਾਤ ਹੈਗੇ ਆ ਵੀ ਅਸੀਂ ਤਾਂ ਇੱਥੇ ਗੁਲਾਮਾਂ ਵਰਗਾ ਜੀਵਨ ਬਸਰ ਕਰ ਰਹੇ ਆ ਵੀ ਆਜ਼ਾਦੀ ਉਹਨਾਂ ਨੂੰ ਮਿਲ ਗਈ ਪਰ ਅਸੀਂ ਅੱਜ ਵੀ ਗੁਲਾਮ ਹੈਗੇ ਆ ਇਹ ਸਿੱਖਾਂ ਦੀ ਸਥਿਤੀ ਹੈਗੀ ਆ ਸੋ ਇਹ ਸਾਰੇ ਕਸ਼ਤ ਨੂੰ ਦੇਖਦਿਆਂ ਹੋਇਆ ਸਿੱਖ ਕੌਮ ਤੇ ਪਈ ਹੋਈ ਹੈ ਮੁੜ ਆਜ਼ਾਦੀ ਵੱਲੇ ਰਾਹ ਭਾਵ ਕਿ ਜਿਹੜਾ ਰਾਜ ਕਦੀ ਖਾਲਸੇ ਦਾ ਇੱਥੇ ਹੁੰਦਾ ਸੀਗਾ ਸਿੱਖ ਚਾਹੁੰਦੇ ਆ ਕਿ ਅਸੀਂ ਉਹਦੀ ਮੁੜ ਬਹਾਲੀ ਹੋ ਜਵੇ ਸਿੱਖ ਕੌਮ ਉਹਦੀ ਮੁੜ ਬਹਾਲੀ ਵਾਸਤੇ ਅੱਜ ਜਦੋਂ ਜਹਿਦ ਕਰ ਰਹੀ ਹੈ ਹੁਣ ਆਪਾਂ ਪੰਜਾਬ ਤੋਂ ਬਾਹਰ ਲਿਆਂ ਹੋਰ ਸਟੇਟਾਂ ਦੀ ਗੱਲ ਕਰ ਲੈਣੇ ਆ ਜਿਹੜੇ ਹੋਰ ਸੂਬੇ ਹੈਗੇ ਆ ਜਿਹੜੇ ਉੱਥੋਂ ਦੇ ਲੋਕ ਨੇ ਉਹ ਵੀ ਇਹ ਗੱਲ ਮਹਿਸੂਸ ਕਰਦੇ ਆ ਕਿ ਭਾਰਤ ਦੀ ਸੱਤਾ ਦੇ ਉੱਪਰ ਕੁਝ ਪਰਸੈਂਟ ਲੋਕ 15% ਲੋਕ ਜਾਂ 2.5% ਲੋਕ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਐ ਖਵਾਉਂਦੇ ਆ ਉਹ ਲੋਕ ਸਮਝਦੇ ਆ ਕਿ ਅਸੀਂ 85% ਹੈਗੇ ਆ ਸਾਡੀ ਗਿਣਤੀ ਜ਼ਿਆਦਾ ਆ ਜਿਨ੍ਹਾਂ ਨੂੰ ਉਹ ਦਲਤ ਕਹਿੰਦੇ ਆ ਦੱਬੇ ਕੁਚਲੇ ਲੋਕ ਵੀ ਸਾਡੀ ਗਿਣਤੀ ਜ਼ਿਆਦਾ ਆ ਪਰ ਉਹ ਲੋਕ ਬੜੀ ਸਾਜ਼ਿਸ਼ ਦੇ ਤਹਿਤ ਸਾਨੂੰ ਅੱਡ-ਅੱਡ ਜਾਤਾਂ ਦੇ ਵਿੱਚ ਵੰਡ ਕੇ ਤੇ ਰਾਜ ਕਰ ਰਹੇ ਨੇ ਸਤਾ ਹੰਡਾ ਰਹੇ ਨੇ ਮੰਨੂਵਾਦੀ ਬ੍ਰਾਹਮਣਵਾਦੀ ਲੋਕ ਭਾਰਤ ਦੇ ਨਿਜ਼ਾਮ ਤੋਂ ਅੱਕੇ ਹੋਏ ਤੰਗ ਆਏ ਹੋਏ ਉਹ ਲੋਕ ਅੱਜ ਸਾਡੇ ਪੰਜਾਬ ਵਿੱਚ ਆਏ ਨੇ ਉਹਨਾਂ ਲੋਕਾਂ ਦੇ ਵਿੱਚੋਂ ਕੁਝ ਲੋਕ ਹੈਗੇ ਨੇ ਬੌਝਣ ਦਰਬੜ ਪਾਰਟੀ ਹੈਗੀ ਜੀ ਉਹਨਾਂ ਦੀ ਬੌਝਣ ਦਰਬੜ ਪਾਰਟੀ ਬੇਗੰਪੁਰਾ ਭਾਰਤ ਬਰਦਰਹੂਡ ਯਾਤਰਾ ਬੇਗੰਪੁਰਾ ਭਾਰਤ ਭਾਈਚਾਰਾ ਯਾਤਰਾ ਲੈ ਕੇ ਉਹ ਅੱਜ ਪਹੁੰਚੇ ਨੇ ਅੱਜ ਹੁਸ਼ਿਆਰਪੁਰ ਵਿੱਚ ਹੈਗੇ ਆ ਜੀ ਅੱਜ ਆਪਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਬੈਠੇ ਆ ਆ ਸਾਰੇ ਸੱਜਣ ਹੈਗੇ ਨੇ ਮੱਲਾ ਜੀ ਬੈਠੇ ਨੇ ਜਿਹੜੇ ਮੇਨ ਆਗੂ ਹੈਗੇ ਨੇ ਨਾਲ ਹੋਰ ਸਾਥੀ ਉਹਨਾਂ ਦੇ ਹੈਗੇ ਨੇ ਸਾਰੇ ਜਣੇ ਅੱਜ ਇੱਥੇ ਆਏ ਹੋਏ ਆ ਆਪਾਂ ਉਹਨਾਂ ਦੇ ਕੋਲੋਂ ਜਾਣਾਂਗੇ ਕਿ ਆਖਰ ਉਹ ਇਸ ਨਿਜ਼ਾਮ ਤੋਂ ਕਿਉਂ ਅੱਕੇ ਹੋਏ ਨੇ ਔਰ ਉਹ ਆਜ਼ਾਦੀ ਦਾ ਨਿਕ ਕਿਦਾਂ ਮਾਨ ਸਕਦੇ ਆ ਕਿਹੜੀਆਂ ਚੀਜ਼ਾਂ ਦੇ ਵਿੱਚੋਂ ਉਹ ਚਾਹੁੰਦੇ ਆ ਕਿ ਸਾਨੂੰ ਸਾਡਾ ਮਾਨ ਸਨਮਾਨ ਦੁਬਾਰਾ ਮਿਲ ਸਕਦਾ ਕਿਉਂਕਿ ਆਏ ਦਿਨ ਘਟਨਾਵਾਂ ਵਾਪਰਦੀਆਂ ਜੇ ਕੋਈ ਉਹਨਾਂ ਦੇ ਹਸਾਬ ਦੇ ਨਾਲ ਦਲਿਤ ਜੇ ਕੋਈ ਮੁਛ ਰੱਖ ਲੈਂਦਾ ਤਾਂ ਕੁੱਟਿਆ ਜਾਂਦਾ ਹੈਗਾ ਜੇ ਕੋਈ ਘੋੜੀ ਤੇ ਚੜ ਜਾਂਦਾ ਮਾਰਿਆ ਜਾਂਦਾ ਇੱਥੋਂ ਤੱਕ ਕਿ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਵੀ ਜੇ ਕਿਸੇ ਨੇ ਚੰਗੇ ਸੋਹਣੇ ਕੱਪੜੇ ਪਾ ਲਏ ਤਾਂ ਉਹਨਾਂ ਦੇ ਕੋਲੋਂ ਉਹ ਵੀ ਜਰਿਆ ਨਹੀਂ ਜਾਂਦਾ ਹੈਗਾ ਉਹਨਾਂ ਦੀ ਉਹਨਾਂ ਨੂੰ ਉਹਨਾਂ ਦੇ ਮਾਨ ਨੂੰ ਛੱਟ ਪਹੁੰਚਦੀ ਹੈ ਉਹਨਾਂ ਨੂੰ ਲੱਗਦਾ ਕਿ ਸਾਨੂੰ ਛੱਟ ਵੱਜਦੀ ਹੈ ਇਹਦੇ ਨਾਲ ਵੀ ਸਾਨੂੰ ਹੱਕ ਵਾਇਸ ਗੱਲਦਾ ਕਿ ਅਸੀਂ ਉੱਚੇ ਹੈਗੇ ਆਂ ਵਧੀਆ ਰਹਿਣ ਸਹਿਣ ਤਾਂ ਸਾਡਾ ਹੋ ਸਕਦਾ ਇਹਨਾਂ ਦਾ ਇਹ ਤਾਂ ਕੀੜੇ ਮਕੌੜੇ ਆ ਤਾਂ ਸਾਡੀ ਸੇਵਾ ਵਾਸਤੇ ਹਾਜ਼ਰ ਆਣੇ ਚਾਹੀਦੇ ਆ ਪਰ ਜਿਹੜੀ ਗੁਰਮਤਿ ਦੀ ਵਿਚਾਰਧਾਰੀ ਆ ਤਾਂ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਯਾ ਯਾਦ ਕਰੇ ਹਮਰੀ ਗੁਰਿਆਈ ਪਾਤਸ਼ਾਹ ਜੀ ਨੇ ਆਖਿਆ ਸਗਾ ਕਿ ਜਨਕੀ ਜਾਤ ਔਰ ਕੁੱਲ ਮਾਹੀ ਸਰਦਾਰੀ ਨਾ ਪਈਕਦਾਹੀਂ ਤਿੰਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਸੋ ਗੁਰੂ ਸਾਹਿਬ ਜੀ ਨੇ ਸਾਰਾ ਕੁਝ ਕਰਕੇ ਵਿਖਾਇਆ ਅੱਜ ਵੀ ਉਹਦੇ ਬਾਵਜੂਦ ਆ ਲੋਕ ਸਾਰੇ ਕਿਉਂ ਅੱਕੇ ਹੋਏ ਨੇ ਆਪਾਂ ਕਰਦੇ ਹਾਂ ਥੋੜੀ ਥੋੜੀਆਂ ਗੱਲਾਂ ਬਾਤਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਪੀਚ ਹੋਈ ਮੈਂ ਕਾਫੀ ਕੁਝ ਜਾਣਿਆ ਤੁਹਾਡੀ ਵਿਚਾਰਧਾਰਾ ਬਾਰੇ ਤੁਸੀਂ ਕਿਦਾਂ ਅੱਕੇ ਹੋਏ ਹੋ ਇਸ ਸਿਸਟਮ ਤੋਂ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਇਹ ਇੱਕ ਇੱਕ ਤਾਂ ਹੋ ਗਈ ਬਿਮਾਰੀ ਹਨਾ ਜੀ ਭਈ ਇਹ ਇੱਕ ਪ੍ਰੋਬਲਮ ਆ ਭਈ ਸਾਨੂੰ ਉਹ ਆਪਣਾ ਹਿੱਸਾ ਨਹੀਂ ਮੰਨਦੇ ਸਾਨੂੰ ਉਸ ਤਰੀਕੇ ਨਾਲ ਮਾਨਸਨਮਾਨ ਨਹੀਂ ਦਿੰਦੇ ਹੈਗੇ ਇਹਦਾ ਹੱਲ ਤੁਸੀਂ ਕਿਸ ਚੀਜ਼ ਦੇ ਵਿੱਚੋਂ ਲੱਭਦੇ ਹੋ ਕੀ ਤੁਸੀਂ ਭਾਰਤ ਦਾ ਜਿਹੜਾ ਸਿਸਟਮ ਹੈਗਾ ਭਾਰਤ ਦਾ ਸੰਵਿਧਾਨ ਹੈਗਾ ਤੁਹਾਨੂੰ ਲੱਗਦਾ ਕਿ ਉਹਦੇ ਵਿੱਚੋਂ ਤੁਹਾਡੀ ਆਜ਼ਾਦੀ ਤੁਹਾਡੀ ਅਣਖ ਤੁਹਾਡੀ ਮਾਨ ਮਰਿਆਦਾ ਤੁਹਾਨੂੰ ਲੱਗਦਾ ਕਿ ਉਹਦੇ ਵਿੱਚੋਂ ਨਿਕਲ ਸਕਦਾ ਕੋਈ ਰਾਹ ਆ ਬਿਲਕੁਲ ਠੀਕ ਹੈ ਇਸ ਵੇਲੇ ਮੈਂ ਸਾਰੇ ਸੰਸਾਰ ਨੂੰ ਦੱਸਣਾ ਚਾਹੁੰਦਾ ਹੈ ਕਿ ਜਿਹੜਾ ਸਾਡਾ ਜਿਹੜਾ ਮੁਲਕ ਹੈਗਾ ਇਸ ਵੇਲੇ ਬੌਲ ਦੇ ਜੰਗੋ ਜਹਾਦ ਦੇ ਵਿੱਚ ਹੈਗਾ ਜੋ ਸਾਡਾ ਸਮਾਜ ਹੈਗਾ ਇਸ ਵੇਲੇ ਬੜਾ ਹੀ ਡਿਵਾਈਡ ਹੋ ਚੁੱਕਿਆ ਹੈਗਾ ਔਰ ਜਿਹੜੇ ਪਿਛਲੇ ਮਨੁਸਮਰਤੀ ਦਾ ਟਾਈਮ ਸੀਗਾ ਉਸ ਤੋਂ ਜਿਹੜੀ ਚੀਜ਼ਾਂ ਚੱਲੀਆਂ ਸੀਆਂ ਉਹ ਹੀ ਅੱਜਕੱਲ ਦੀ ਸਰਕਾਰ ਜਿਹੜੀ ਹੈ ਉਸ ਨੂੰ ਲੈ ਕੇ ਚੱਲ ਰਹੀ ਹੈ ਔਰ ਅਸੀਂ ਇਸ ਚੀਜ਼ ਨੂੰ ਦੇਖ ਕੇ ਬੜੇ ਦੁਖੀ ਹੁੰਨੇ ਆ ਕਿ ਸਾਡਾ ਸਮਾਜ ਜਿਹੜਾ ਹੈਗਾ ਬੜਾ ਹੀ ਨੀਵੀਂ ਸਾਈਡ ਦੇ ਵਿੱਚ ਸੀਗਾ ਤਾਂ ਨੀਵੀਂ ਸਾਈਡ ਦੇ ਵਿੱਚ ਠੇਕ ਲਿਆ ਗਿਆ ਜਦੋਂ ਕਿ ਇਸsrand ਦੀ ਕੋਈ ਗੱਲ ਨਹੀਂ ਹੈਗੀ ਹੈ ਔਰ ਅਸੀਂ ਇਸ ਸਮਾਜ ਨੂੰ ਦੇਖਣ ਦੇ ਲੈ ਔਰ ਜੋ ਸਰਕਾਰ ਕਹਿੰਦੀ ਉਸ ਨੂੰ ਦੇਖਣ ਦੇ ਲੈ ਅਸੀਂ ਸ੍ਰੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤੋਂ ਪਟਨਾ ਸਾਹਿਬ ਤੋਂ ਅਸੀਂ ਬੇਗਮਪੁਰਾ ਭਾਈਚਾਰਾ ਯਾਤਰਾ ਜੋ ਕਿ ਭਾਰਤ ਦੇ ਵਿੱਚ ਸਾਰੀ ਜਗ੍ਹਾ ਜਾਣੀ ਸੀ ਉਸ ਨੂੰ ਲੈ ਕੇ ਚੱਲੇ ਆ ਸਾਡਾ ਜਿਹੜਾ ਮੇਨ ਮਕਸਦ ਸੀਗਾ ਇਹ ਸੀਗਾ ਕਿ ਜੇ ਉਹ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਕੁਝ ਕੰਮ ਕੀਤੇ ਆ ਜੀ ਉਧਰ ਵਿੱਚ ਸਚਾਈ ਕੰਨੀ ਹੈ ਕਿ ਅਸਲ ਦੇ ਵਿੱਚ ਉਹੀ ਗੱਲ ਹੈ ਔਰ ਇਸ ਕਰਕੇ ਅਸੀਂ ਸਾਰੇ ਹੀ ਆਪਣੇ ਜੀਵਨਖਵਾਰ ਮੱਲਾ ਜੀ ਹੈ ਸਾਡੇ ਪ੍ਰੈਜ਼ੀਡੈਂਟ ਹੈ ਜੋ ਕਿ ਐਡਵੋਕੇਟ ਹੈ ਸੁਪਰੀਮ ਕੋਰਟ ਜੀ ਦੇ ਇਹਨਾਂ ਦੀ ਅਗਵਾਈ ਦੇ 8 ਅਸੀਂ ਮਤਲਬ ਅਸੀਂ ਮਤਲਬ ਯਾਤਰਾ ਕੀਤੀ ਹੈ ਸ਼ੁਰੂ ਕੀਤੀ ਹੈ ਜੋ ਕਿ 20 ਜਨਵਰੀ 2023 ਨੂੰ ਸਟਾਰਟ ਹੋਈ ਸੀ 55 ਦਿਨ ਦੀ ਯਾਤਰਾ ਸੀਗੀ ਔਰ ਅੱਜ ਇਹਦਾ 35th ਡੇ ਨੇ 53rd ਡੇ ਔਰ ਇਹ ਯਾਤਰਾ ਪਟਨਾ ਸਾਹਿਬ ਤੋਂ ਬਹੁਤ ਗਿਆ ਹੁੰਦੇ ਹੋਏ ਮਤਲਬ ਅਖੀਰ ਥੱਲੇ ਜਿਹੜੀ ਆ ਆਪਾਂ ਰਾਂਚੀ ਵੀ ਗਏ ਹੈਗੇ ਆ ਹਾਬੜਾ ਵੀ ਗਏ ਹੈ ਆ ਕਰਨਾਟਕਾ ਕੇਰਲਾ ਕਨਿਆਕਮਾਰੀ ਤਾ ਅਸੀਂ ਬਿਲਕੁਲ ਜਿਹੜਾ ਕਿ ਥੱਲੇ ਦਾ ਹਿੱਸਾ ਅਸੀਂ ਉੱਥੇ ਗਏ ਹੈਗੇ ਆ ਔਰ ਉਹਨਾਂ ਤੋਂ ਜਾਣ ਤੋਂ ਬਾਅਦ ਅਸੀਂ ਫਿਰ ਉੱਪਰਲੀ ਸਾਈਡ ਨੂੰ ਚੱਲੇ ਆ ਜਿਹੜੇ ਕਿ ਕਰਨਾਟਕਾ ਵੀ ਹੈਗਾ ਮਹਾਰਾਸ਼ਟra ਵੀ ਹੈਗਾ ਔਰ ਬੰਬੇ ਹੈਗਾ ਮੱਧ ਪ੍ਰਦੇਸ਼ ਹੈਗਾ ਗੁਜਰਾਤ ਹੈਗਾ ਰਾਜਸਥਾਨ ਹੈਗਾ ਔਰ ਦਿੱਲੀ ਤੋਂ ਹੁੰਦੇ ਹੋਏ ਹੁਣ ਅਸੀਂ ਅੱਜ ਪੰਜਾਬ ਦੇ ਵਿੱਚ ਐਂਟਰ ਕੀਤੇ ਆ ਜੀ ਜੀ ਪਰ ਪੰਜਾਬ ਚ ਆਉਣ ਤੋਂ ਪਹਿਲਾਂ ਅਸੀਂ ਜੰਮੂ ਗਏ ਆ ਜੰਮੂ ਦੇ ਵਿੱਚ ਵੀ ਸਾਨੂੰ ਉੱਥੇ ਮਿਲੇ ਆ ਸਾਡਾ ਮੇਨ ਮਕਸਦ ਇਹ ਸੀਗਾ ਕਿ ਸਾਡਾ ਸਮਾਜ ਜਿਹੜਾ ਦੱਸਿਆ ਜਾਂਦਾ ਕਿ ਉਹ ਉਸ ਪੋਜੀਸ਼ਨ ਦੇ ਵਿੱਚ ਹੈ ਜਾਂ ਨਹੀਂ ਹੈ ਪਰ ਸਾਨੂੰ ਦੇਖਣ ਦੇ ਵਿੱਚ ਜੋ ਮਿਲਿਆ ਜੋ ਸਮਾਜ ਜਿਹੜਾ ਪਾਰਟੀਸ਼ਨ ਤੋਂ ਪਹਿਲਾਂ ਸੀਗਾ ਜੋ ਸਮਾਜ ਜਿਹੜਾ ਜੰਦੋ ਜਹਦ ਦੇ ਵਿੱਚ ਸੀ ਜਿਨ੍ਹਾਂ ਨੂੰ ਨਿਤਾਰਿਆ ਗਿਆ ਸੀ ਜਿਨ੍ਹਾਂ ਨੂੰ ਆਡਾ ਕੀਤਾ ਗਿਆ ਸੀ ਉਹ ਉਸੇ ਤਰੀਕੇ ਦੀ ਜ਼ਿੰਦਗੀ ਜੀ ਰਿਹਾ ਹੈ ਜਿਹੜਾ ਕਿ ਸ਼ਹਿਰਾਂ ਦੇ ਵਿੱਚ ਹੈਗਾ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਕੁਝ ਹੋਰ ਹੈ ਅਖਬਾਰਾਂ ਦੇ ਵਿੱਚ ਦੇਖਣ ਨੂੰ ਕੁਝ ਹੋਰ ਹੈ ਪਰ ਜਦੋਂ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਉੱਥੇ ਜਾ ਕੇ ਜਮਿਨੀ ਹਕੀਕਤ ਜਿਹੜੀ ਹੈ ਅਸੀਂ ਉਹਨੂੰ ਦੇਖਣਾ ਚਾਹੁੰਦੇ ਸੀ ਕਿ ਅਸੀਂ ਜਮਿਨੀ ਹਕੀਕਤ ਨੂੰ ਦੇਖੀਏ ਉਹ ਦੇਖਣ ਤੋਂ ਬਾਅਦ ਸਾਨੂੰ ਪਤਾ ਲੱਗੇ ਸਾਡਾ ਸਮਾਜ ਜਿਹੜਾ ਹੈਗਾ ਐਕਚੁਅਲ ਦੇ ਵਿੱਚ ਕਿਸ ਪੋਜੀਸ਼ਨ ਦੇ ਵਿੱਚ ਹੈ ਪਰ ਜਦੋਂ ਅਸੀਂ ਉੱਥੇ ਗਏ ਸਮਾਜ ਨੂੰ ਅਸੀਂ ਮਿਲੇ ਆਂ ਤਾਂ ਸਮਾਜ ਜਿਹੜੀ ਉਹਨੇ ਹਾਲਾਤ ਜਿਹੜੇ ਹੈਗੇ ਕੋਈ ਅੱਛੇ ਹਾਲਾਤ ਨਹੀਂ ਸੀ ਉਹ ਉਸੇ ਹਾਲਾਤ ਦੇ ਵਿੱਚ ਸੀਗਾ ਸਾਨੂੰ ਦੇਖਣ ਦੇ ਵਿੱਚ ਇਹ ਵੀ ਮਿਲਿਆ ਹੈ ਕਿ ਵੀ ਉੱਥੇ ਸਾਡੇ ਬੰਦਿਆਂ ਨੂੰ ਉੱਥੇ ਅੱਛੀ ਤਰੀਕੇ ਨਾਲ ਭੋਜਨ ਨਹੀਂ ਮਿਲਦਾ ਅੰਨ ਨਹੀਂ ਮਿਲਦਾ ਹੈ ਅਸੀਂ ਮਤਲਬ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਜੁੜੀ ਅ ਕਹਿਣਾ ਹੈਗਾ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭੀ ਕੋ ਅਨ ਛੋਟ بڑے ਸਭ ਸਮ ਵਸੇ ਰਵਿਦਾਸ ਰਹੇ ਪਰਸਨ ਮਤਲਬ ਕਿ ਸਰਕਾਰ ਕੀ ਕਹਿੰਦੀ ਹੈ ਔਰ ਸਤਗੁਰੂ ਮਹਾਰਾਜ ਨੇ ਅਜ ਤੋ 600 ਸਾਲ ਪਹਿਲਾਂ ਕਿਹਾ ਸੀ ਉਹਨਾਂ ਜਦੋਂ ਜਹਾਦ ਕੀਤੀ ਸੀਗੀ ਕਿ ਸਾਡਾ ਸਮਾਜ ਜਿਹੜਾ ਹੈਗਾ ਉਹਦੇ ਲਈ ਤੁਹਾਨੂੰ ਅੱਗੇ ਆਣਾ ਪੈਗਾ ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਕਿਹਾ ਹੈਗਾ ਕਿ ਜੇ ਤੁਸੀਂ ਰਾਜ ਲੈਣਾ ਹੈ ਤਾਂ ਰਾਜ ਤੁਹਾਨੂੰ ਉਦਾਂ ਨਹੀਂ ਮਿਲਣਾ ਹੈਗਾ ਔਰ ਰਾਜ ਦੇ ਲੈਣ ਦੇ ਲੈ ਤੁਹਾਨੂੰ ਐਕਚੁਅਲੀ ਜਿਹੜਾ ਹੈਗਾ ਤੁਹਾਨੂੰ ਬਾਹਰ ਨਿਕਲਣਾ ਪਏਗਾ ਬਾਹਰ ਨਿਕਲ ਕੇ ਤੁਸੀਂ ਉਹਨੂੰ ਜੇ ਕਹੋ ਕਿ ਤੁਹਾਨੂੰ ਵੈਸੇ ਹੀ ਤੁਹਾਨੂੰ ਕੋਈ ਰਾਜ ਦੇ ਦੇ ਕੋਈ ਪਰੋਸਣ ਵਾਲਾ ਨਹੀਂ ਹੈ ਤਾਂ ਰਾਜ ਤੁਹਾਨੂੰ ਖੋਣਾ ਪਏਗਾ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਏਗੀ ਔਰ ਇਸ ਕਰਕੇ ਸਾਡੀ ਸਾਰੀ ਟੀਮ ਜੋ ਕਿ ਪੂਰੇ ਸਟੇਟਸ ਦੇ ਵਿੱਚੋਂ ਰਿਪਰੈਜ਼ੈਂਟ ਕਰ ਲਈਏ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਆ ਸਭ ਕੁਝ ਹੈ ਜਿਹੜੇ ਕਿ ਇਸੇ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੈਗੇ ਆ ਔਰ ਉਹਨਾਂ ਨੇ ਸਾਨੂੰ ਦਿਖਾਇਆ ਵੀ ਹੈ ਔਰ ਅਸੀਂ ਉੱਥੇ ਗਏ ਵੀ ਔਰ ਸਾਨੂੰ ਦੇਖਣ ਚ ਮਿਲਿਆ ਵੀ ਹੈ ਉਹੀ ਪੋਜੀਸ਼ਨ ਸਾਨੂੰ ਕੰਨਿਆ ਖਬਰੀ ਦੇ ਵਿੱਚ ਵੀ ਦੇਖਣ ਨੂੰ ਮਿਲੀ ਜੋ ਕਿ ਬੜਾ ਹੀ ਦੇਖ ਕੇ ਮਤਲਬ ਦੁੱਖ ਵੀ ਬਹੁਤ ਹੋਇਆ ਮੈਂ ਉਹਦੇ ਉੱਤੇ ਲਾਈਵ ਵੀ ਕਮੈਂਟ ਵੀ ਕੀਤੇ ਹੈਗੇ ਆ ਕਿ ਜੋ ਪੋਜੀਸ਼ਨ ਆ ਜੇ ਤੋ ਪਹਿਲਾਂ ਸੀ ਉਹੀ ਪੋਜੀਸ਼ਨ ਉੱਥੇ ਹੈ ਕੋਈ ਉਹਦੇ ਵਿੱਚ ਕੋਈ ਚੇਂਜ ਸਾਨੂੰ ਨਜ਼ਰ ਨਹੀਂ ਆਈ ਹੈਗੀ ਹੈ ਤਾਂ ਅਸੀਂ ਇਸ ਕਰਕੇ ਵਿਚਰ ਰਹੇ ਹੈਗੇ ਆ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਸਮਾਜ ਕਿੰਨਾ ਉੱਠਿਆ ਕਿੰਨਾ ਨਹੀਂ ਉੱਠਿਆ ਹਾਂ ਇਹ ਤਾਂ ਮੈਂ ਜਿਹੜੀ ਪਹਿਲਾਂ ਗੱਲ ਕਰ ਖੜਾ ਇਹ ਤਾਂ ਪ੍ਰੋਬਲਮ ਹੋ ਗਈ ਨਾ ਜੀ ਪ੍ਰੋਬਲਮ ਦਾ ਸੋਲੂਸ਼ਨ ਤੁਸੀਂ ਕਿਸ ਚੀਜ਼ ਦੇ ਵਿੱਚੋਂ ਭਾਲਦੇ ਹੋ ਤੋ ਸੋ ਤੁਹਾਨੂੰ ਲੱਗਦਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈਗਾ ਭਾਰਤ ਦੇ ਸੰਵਿਧਾਨ ਦੇ ਵਿੱਚ ਇਹਨਾਂ ਸਮੱਸਿਆਵਾਂ ਦਾ ਹੱਲ ਪਿਆ ਹੋਇਆ ਭਾਰਤ ਦੇ ਸੰਵਿਧਾਨ ਦੇ ਵਿੱਚ ਸਮੱਸਿਆ ਦਾ ਹੱਲ ਹੈਗਾ ਪਰ ਉਹ ਜਿਹੜਾ ਇਹਦਾ ਨਾਂ ਲੈਂਦੇ ਹੈਗੇ ਪਰ ਸੰਵਿਧਾਨ ਦੇ ਜਿਹੜੇ ਐਕਚੁਅਲ ਫੈਕਟਸ ਹੈਗੇ ਆ ਜਿਹੜੇ ਐਕਚੁਅਲ ਆਰਟੀਕਲਸ ਹੈ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੇ ਹੈਗੇ ਉਹਨਾਂ ਨੂੰ ਇੱਕ ਪਾਸੇ ਇਹਨਾਂ ਨੇ ਕਰ ਦਿੱਤਾ ਹੋਇਆ ਸਿਰਫ ਨਾਂ ਲੈ ਕੇ ਮਤਲਬ ਇਹ ਸਾਡੇ ਸਮਾਜ ਨੂੰ ਡਿਵਾਈਡ ਕਰਨ ਲੱਗੇ ਹੋਏ ਆ ਕਿ ਅਸੀਂ ਡਾਕਟਰ ਅੰਬੇਡਕਰ ਨੂੰ ਨਾਲ ਲੈ ਕੇ ਚੱਲਦੇ ਆ ਅਸੀਂ ਸਤਿਗੁਰ ਮਹਾਰਾਜ ਜੀ ਨੂੰ ਨਾਲ ਲੈ ਕੇ ਚੱਲਦੇ ਆ ਅਸੀਂ ਗੁਰੂ ਨਾਨਕ ਨੂੰ ਨਾਲ ਲੈ ਕੇ ਚੱਲਦੇ ਆ ਗੁਰੂ ਗਵਰਿੰਦਰ ਸਿੰਘ ਜੀ ਨੂੰ ਨਾਲ ਲੈ ਕੇ ਚੱਲ ਰਹੇ ਆ ਸਾਰੇ ਨੂੰ ਨਾਲ ਲੈ ਕੇ ਚੱਲ ਰਹੇ ਪਰ ਜਦੋਂ ਐਕਚੁਅਲ ਦੇਖਿਆ ਜਾਵੇ ਤਾਂ ਇਹ ਆਰਟੀਕਲ ਜਿਹੜੇ ਹੈਗੇ ਆ ਉਹ ਅਲੱਗ ਕਹਿੰਦੇ ਆ ਉਹ ਤਾਂ ਇਸ ਸੰਵਿਧਾਨ ਨੂੰ ਜਿਹੜੇ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਹੈ ਉਸ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈ ਪਰ ਉੱਪਰੋਂ ਦੱਸਦੇ ਹੈਗੇ ਕਿ ਅਸੀਂ ਸਭ ਕੁਝ 옳 ਹੀ ਕਰ ਰਹੇ ਆ ਪਰ ਜੇ ਅੰਦਰੂਨੀ ਦੇਖਿਆ ਜਾਵੇ ਤਾਂ ਉਹ ਸਾਰੇ ਇਨਾਂ ਤੋਂ ਖਿਲਾਫਤ ਹੈ ਕੋਈ ਤੇ ਜਿਹੜੀ ਰਾਜ ਦੀ ਗੱਲ ਕਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਸਰਕਾਰਾਂ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਜਦੋਂ ਸੱਤਾ ਦੇ ਉੱਪਰ ਕਾਬਜ ਹੋ ਜਾਂਦੀਆਂ ਨੇ ਤਾਨੂੰ ਇਹ ਲੱਗਦਾ ਕਿ ਉਹ ਲੋਕ ਆਪਣੇ ਤਰੀਕੇ ਨਾਲ ਚਲਾਉਂਦੇ ਆ ਸਿਸਟਮ ਨੂੰ ਜਾਂ ਤੁਹਾਨੂੰ ਲੱਗਦਾ ਕਿ ਸੰਵਿਧਾਨ ਠੀਕ ਆ ਜਿਹੜੇ ਤੁਸੀਂ ਰਾਜ ਦੀ ਗੱਲ ਕਰਦੇ ਹੋ ਜਾਂ ਤੁਹਾਨੂੰ ਇਹ ਲੱਗਦਾ ਕਿ ਅਸੀਂ ਜਦੋਂ ਤੁਹਾਡੇ ਵਰਗੇ ਲੋਕ ਕਾਬਜ ਹੋ ਜਾਣਗੇ ਸੱਤਾ ਦੇ ਉੱਪਰ ਇਸ ਸੰਵਿਧਾਨ ਦੇ ਤਹਿਤ ਫੇਰ ਤੁਸੀਂ ਆਜ਼ਾਦੀ ਦਾ ਨਿਗ ਮਤਲਬ ਤੁਸੀਂ ਆਪਣੀ ਆਜ਼ਾਦੀ ਦਾ ਰਾਹ ਜਿਹੜਾ ਹੈਗਾ ਕਦੇ ਝੋ ਲੱਭਦੇ ਹੋ ਸਾਡੀ ਆਜ਼ਾਦੀ ਦਾ ਰਾਹ ਹੈ ਜਿਸ ਤਰ੍ਹਾਂ ਕਿ ਅੱਜ ਤੋਂ ਅਸੀਂ ਹੁਣੇ ਅੱਜ ਦਾ ਜਿਹੜਾ ਸਾਡਾ ਮੁਕਾਮ ਹੈਗਾ ਇੱਥੇ ਪੀਪਲ ਵਾਲੀ ਤੋਂ ਅਸੀਂ ਮਗੋਹਾਲ ਜਾਣਾ ਹੈਗਾ ਬਾਬੂ ਬੰਗੂ ਰਾਮਜੀਤ ਦਾ ਜਿਹੜਾ ਪਿੰਡ ਹੈਗਾ ਉਹਨਾਂ ਨੇ ਆਜ਼ਾਦੀ ਦਾ ਰਾਹ ਇੱਕ ਕੱਢਿਆ ਸੀਗਾ ਉਹਨਾਂ ਨੇ 1924 ਦੇ ਵਿੱਚ 1926 ਦੇ ਵਿੱਚ ਕਾਨਫਰੰਸ ਹੋਈ ਸੀ ਔਰ ਜਿਹੜੇ ਕਿ 5000 ਦੇ ਕਰੀਬ ਬੰਦੇ ਉੱਥੇ ਇਕੱਠਾ ਹੋਇਆ ਸੀਗਾ ਉਹਨਾਂ ਨੂੰ ਲੈ ਕੇ ਉਹਨਾਂ ਚੱਲੇ ਸੀਗੇ ਔਰ ਉਹਨਾਂ ਨੇ ਉਹ ਸਾਰੇ ਚੀਜ਼ਾਂ ਕਹੀਆਂ ਜਿਹੜੇ ਕਿ ਸਾਡੇ ਸਮਾਜ ਨੂੰ ਉੱਪਰ ਉਠਾ ਸਕਦੀਆਂ ਕਿਹੜੀਆਂ ਚੀਜ਼ਾਂ ਉਹਨਾਂ ਜਿੱਦਾਂ ਕਿ ਸਾਨੂੰ ਸਿੱਖਿਆ ਦਾ ਅਧਿਕਾਰ ਹੋਣਾ ਚਾਹੀਦਾ ਸਾਨੂੰ ਜ਼ਮੀਨ ਦਾ ਅਧਿਕਾਰ ਹੋਣਾ ਚਾਹੀਦਾ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਇਹ ਤਾਂ ਅਧਿਕਾਰ ਤੁਹਾਨੂੰ ਦਿੰਦਾ ਹੈਗਾ ਭਾਰਤ ਦਾ ਸੰਵਿਧਾਨ ਵੀ ਦਿੰਦਾ ਹੈਗਾ ਉਹ ਵੀ ਦਿੰਦਾ ਹੈਗਾ ਉਹ ਤੁਹਾਨੂੰ ਕਹਿੰਦੇ ਆ ਕਿ 5 ਸਾਲ ਬਾਅਦ ਵੋਟਾਂ ਆ ਗਈਆਂ ਪਾਓ ਤੁਸੀਂ ਵੋਟਾਂ ਪਰ ਵੋਟਾਂ ਤੁਸੀਂ ਪਾਉਣੇ ਹੈਗੇ ਉਹ ਸਾਰਾ ਕੁਝ ਕਰਦੇ ਹੋ ਪਰ ਤੁਹਾਨੂੰ ਆਜ਼ਾਦੀ ਤਾਂ ਫਿਰ ਵੀ ਨਹੀਂ ਤੁਸੀਂ ਦੇਖੋ ਕਿੰਨੇ 75 76 77 ਬਰੇ ਹੋ ਗਿਆ ਅੱਜ ਵੀ ਰੋਲਦੇ ਪਏ ਆ ਵੋਟਾਂ ਬਾਣ ਦਾ ਇੱਕ ਤਰੀਕਾ ਜਿਹੜਾ ਉਹਨਾਂ ਨੇ ਕੱਢਿਆ ਹੈਗਾ ਕਿ ਉਹ ਹਰ ਤਰੀਕੇ ਨਾਲ ਪਹਿਲਾਂ ਤਾਂ 4 ਸਾਲ 4.5 ਸਾਲ ਜਿਹੜੇ ਆ ਹਰ ਤਰੀਕੇ ਨਾਲ ਸਾਡੇ ਬੰਦੇ ਨੂੰ ਸੁਪਰੈਸ ਕਰਨ ਦੀ ਕੋਸ਼ਿਸ਼ ਕਰਦੇ ਆਗੇ ਉਹ ਜਿਹੜਾ ਸਾਡਾ ਤਬਕਾ ਹੈਗਾ ਜਿਹੜਾ ਅਸੀਂ ਜਾ ਕੇ ਦੇਖਿਆ ਉਹ ਗਰੀਬ ਤਬਕਾ ਹੈਗਾ ਉਹ ਅਨਪੜ੍ਹ ਤਬਕਾ ਹੈਗਾ ਅਨਪੜ੍ਹ ਹੈਗੇ ਉਹਨਾਂ ਦੇ ਕੋਲ ਸਿੱਖਿਆ ਦੀ ਕਮੀ ਹੈ ਪਰ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਸ ਤੋਂ 1-2 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ ਉਹਨਾਂ ਨੂੰ ਲੁਭਾਉਂਦੇ ਹੈਗੇ ਲੁਭਾ ਕੇ ਉਹਨਾਂ ਦੇ ਮਨ ਨੂੰ ਡਾਇਵਰਟ ਕਰਦੇ ਆ ਕਿਉਂਕਿ ਉਹ ਵੀ ਹੈਂਡ ਟੂ ਮਾਉਥ ਹੈਗੇ ਆ ਉਹਨਾਂ ਦੇ ਯੂਜ਼ ਕਰਦੇ ਮਿਸਯੂਜ਼ ਕਰਕੇ ਉਹਨਾਂ ਤੋਂ ਮਤਲਬ ਵੋਟ ਜਿਹੜਾ ਕਿ ਇਕਲ ਰਾਈਟ ਜਿਹੜਾ ਆਪਨੇ ਕਿਹਾ ਇਕਲ ਰਾਈਟ ਜਿਹੜਾ ਹੈਗਾ ਉਹ ਸਾਨੂੰ ਮਿਲਿਆ ਹੋਇਆ ਪਰ ਇਕਲ ਰਾਈਟ ਦੀ ਜਿਹੜੀ ਵਰਤੋਂ ਹੈ ਉਹ ਬਿਲਕੁਲ ਠੀਕ ਨਹੀਂ ਹੋ ਰਹੀ ਹੈਗੀ ਅੱਛਾ ਇੱਕ ਇੱਕ ਜਦੋਂ ਹੁਣ ਤੁਸੀਂ ਪੰਜਾਬ ਦੇ ਵਿੱਚ ਆਇਓ ਤੇ ਤੁਸੀਂ ਮੈਂ ਉੱਥੇ ਦੇਖ ਰਿਹਾ ਸੀਗਾ ਤੁਸੀਂ ਜਿਹੜਾ ਸਿੱਖ ਫਲਸਫਾ ਹੈਗਾ ਤੁਸੀਂ ਉਹਦੇ ਤੋਂ ਕਾਫੀ ਪ੍ਰਭਾਵਿਤ ਹੋ ਤੁਸੀਂ ਗੱਲ ਕਰ ਰਹੇ ਸੀਗੇ ਮੱਲਾ ਜੀ ਵੀ ਗੱਲ ਕਰ ਰਹੇ ਸੀਗੇ ਕਿ ਉੱਥੇ ਘੋੜੀ ਤੇ ਵੀ ਨਹੀਂ ਚੜਨ ਦਿੰਦੇ ਹੈਗੇ ਇੱਥੇ ਤੁਹਾਨੂੰ ਪੰਜਾਬ ਦੇਆਂ ਸਿੱਖਾਂ ਨੇ ਘੋੜੇ ਤੇ ਵੀ ਚੜਾਇਆ ਹਨਾ ਪੰਜਾਬ ਦੇ ਸਿੱਖਾਂ ਨੇ ਕਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਵਿਚਾਰਤਾ ਰਹਿ ਗਈ ਉਹਨੇ ਘੋੜੇ ਤੇ ਚੜਾਇਆ ਤੁਹਾਨੂੰ ਹਨਾ ਜੀ ਅੱਛਾ ਕਈ ਵਾਰ ਨਾ ਪਾਏ ਗੱਲ ਕਹਿੰਦੇ ਆ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ ਡਾਕਟਰ ਅੰਬੇਦਕਰ ਜੀ ਹਨਾ ਉਹਨਾਂ ਨੇ ਲਿਖਿਆ ਉਹਨਾਂ ਨੇ ਸਿੱਖਾਂ ਨੂੰ 6 ਇਲੈਕਸ਼ਨ ਜਿੱਤਦੇ ਆ ਪਾਰਲੀਮੈਂਟ ਚ ਜਾਂਦੇ ਆ ਉਹਨਾਂ ਨੂੰ ਉਹ ਸ੍ਰੀ ਸਾਹਿਬ ਲੈ ਕੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਹੈਗਾ ਭਾਰਤ ਦਾ ਸੰਵਿਧਾਨ ਤੁਹਾਨੂੰ ਆਗਿਆ ਦਿੰਦਾ ਉਹ ਇਦਾਂ ਕਹਿੰਦੇ ਹੈਗੇ ਪਰ ਮੈਂ ਕਈ ਵਾਰ ਇਹ ਸੋਚਦਾ ਸ਼ਕਾ ਕਿ ਭਾਰਤ ਦਾ ਸੰਵਿਧਾਨ ਤੁਹਾਨੂੰ 6 ਫੁੱਟ 6 ਇੰਚ ਦੀ ਕਿਰਪਾਨ ਕੈਰੀ ਕਰਨ ਦੀ ਆਗਿਆ ਦਿੰਦਾ 3 ਫੁੱਟ ਦੀ ਕਿਰਪਾਨ ਪਰ ਇਦੋਂ ਆਪਾਂ ਪਿੱਛੇ ਚੱਲ ਜਾਂਦੇ ਆ ਜਦੋਂ ਤੇ ਗੁਰੂ ਸਾਹਿਬ ਜੀ ਨੇ ਤਾਂ ਇਦੋਂ ਕਿਤੇ ਪਹਿਲਾਂ ਤੁਹਾਨੂੰ ਰਾਜ ਬਖਸ਼ਿਆ ਸੀਗਾ ਸਾਡਾ ਰਾਜ ਹੁੰਦਾ ਸੀਗਾ ਇੱਕ ਉਹ ਚੀਜ਼ ਵਾ ਇੱਕ ਭਾਰਤ ਦਾ ਸੰਵਿਧਾਨਕ ਕੰਪੈਰੀਜ਼ਨ ਕਰਦੇ ਹੋ ਤੁਸੀਂ ਕਦੇ ਕਦੇ ਨੇ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਉਹਦੇ ਵਿੱਚ ਕਾਫੀ ਹਕੀਕਤਾਂ ਹੈਗੀਆਂ ਔਰ ਬਿਲਕੁਲ ਠੀਕ ਹੈਗਾ ਪਰ ਉਸ ਨੂੰ ਇੰਪਲੀਮੈਂਟ ਉਸ ਤਰੀਕੇ ਨਾਲ ਨਹੀਂ ਕੀਤਾ ਪਰ ਪਰ ਆਪਾਂ ਜਦੋਂ ਤੁਸੀਂ ਸਿੱਖੀ ਤੋਂ ਪ੍ਰਭਾਵਿਤ ਹੁੰਦੇ ਜੋ ਹਨਾ ਤਾਂ ਸਿੱਖੀ ਤੋਂ ਪ੍ਰਭਾਵਿਤ ਜਦੋਂ ਤੁਸੀਂ ਹੁੰਦੇ ਉਹ ਤਾਂ ਸਿੱਖ ਕੌਮ ਦੇ ਕੋਲ ਤਾਂ ਆਪਣਾ ਰਾਜ ਸੀਗਾ ਆਪਣੀਆਂ ਤੋਪਾਂ ਸੀਗੀਆਂ ਇੱਥੇ ਤੁਸੀਂ ਤਿੰਨ ਫੁੱਟ ਦੇ ਕਿਰਪਾਨ ਤੇ ਸੀਮਿਤ ਹੋ ਕੇ ਰਹਿ ਗਏ ਉਹ ਵੀ ਪਾਰਲੀਮੈਂਟ ਜੀ ਨਹੀਂ ਲੈ ਕੇ ਜਾਣ ਦਿੰਦੇ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿੱਖ ਕੌਮ ਤਾਂ ਜੇ ਤੁਸੀਂ ਪ੍ਰਭਾਵਿਤ ਅਜੇ ਹੁੰਦੇ ਹੋ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਸਿੱਖ 75 ਸਾਲਾਂ ਬਾਅਦ ਵੀ ਸਿੱਖ ਤੇ ਮੁੜ ਆਜ਼ਾਦੀ ਦੇ ਰਾਹ ਪਏ ਹੋਏ ਆ ਵੀ ਜਿਹੜਾ ਸਾਡਾ ਕਦੀ ਰਾਜ ਹੁੰਦਾ ਸੀ ਅਸੀਂ ਉਹ ਖਾਲਸਾ ਰਾਜ ਚਾਹੁੰਦੇ ਆ ਕਿੰਦਾ ਸੋਚਦੇ ਨਹੀਂ ਖਾਲਸਾ ਖਾਲਸਾ ਰਾਜ ਅਸੀਂ ਵੀ ਚਾਹੁੰਦੇ ਕਿ ਖਾਲਸਾ ਰਾਜ ਹੋਣਾ ਚਾਹੀਦਾ ਖਾਲਸਾ ਮਤਲਬ ਸਚਾਈ ਸੱਚ ਅਗਰ ਤੁਸੀਂ 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 ਇਸ ਸੰਵਿਧਾਨ ਦੇ ਵਿੱਚੋਂ ਚਾਹੁੰਦੇ ਹੋ ਅਸੀਂ ਸੰਵਿਧਾਨ ਦੇ ਵਿੱਚ ਸਭ ਕੁਝ ਹੈਗਾ ਹੈ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ ਉਸ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਪ੍ਰੋਪਰ ਤਰੀਕੇ ਨਾਲ ਕਿਉਂਕਿ ਜਿਸ ਤਰੀਕੇ ਨਾਲ ਖਾਲਸਾ ਦੇ ਪੰਨ ਦੀ ਗੱਲ ਕਰ ਰਹੇ ਖਾਲਸਾ ਅਸੀਂ ਜਿਹੜਾ ਆਪਣਾ ਮੁਕਾਮ ਜਿਹੜਾ ਹੈਗਾ ਅਸੀਂ ਸਮਾਪਨ ਜਿਹੜਾ ਕਰਨਾ ਅਸੀਂ ਉੱਥੇ ਹੀ ਕਰਨਾ ਜਿੱਥੇ ਖਾਲਸਾ ਬੰਦੀ ਸਥਾਪਨਾ ਹੋਈ ਸੀਗੀ ਔਰ ਖਾਲਸਾ ਬੰਦੀ ਸਥਾਪਨਾ ਅਸੀਂ ਉਸ ਸਥਾਨ ਕਿਉਂ ਚੁਣਿਆ ਇਸੇ ਕਰਕੇ ਚੁਣਿਆ ਕਿ ਵੀ ਉੱਥੇ ਸਾਰੇ ਜਿੰਨੇ ਵੀ ਪੰਜ ਪਿਆਰੇ ਸੀ ਪੰਜ ਪਿਆਰੇ ਦੇ ਵਿੱਚੋਂ ਚਾਰ ਪਿਆਰੇ ਜਿਹੜੇ ਸੀ ਉਹ ਮੈਨਰੋਟੀ ਸਾਈਡ ਦੇ ਸੀਗੇ ਉੱਥੇ ਇਲੈਕਸ਼ਨ ਨਹੀਂ ਸੀ ਹੋਈ ਸੀ ਨਾ ਜਿੱਥੇ ਸਿਲੈਕਸ਼ਨ ਹੋਈ ਸੀ ਸੋ ਜਿਹੜਾ ਸਿੱਖ ਕੌਮ ਦਾ ਕਨਸੈਪਟ ਹੈਗਾ ਇਹ ਤੇ ਸਿਲੈਕਸ਼ਨ ਦਾ ਸਿਸਟਮ ਹੈ ਸਿਲੈਕਸ਼ਨ ਇਹ ਸਿਲੈਕਸ਼ਨ ਮੈਂ ਇਹਨੂੰ ਸਿਲੈਕਸ਼ਨ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਕਿਹੜਾ ਹੈਗਾ ਜਿਹੜਾ ਮਤਲਬ ਆਪਣਾ ਸਿਰ ਦੇ ਸਕਦਾ ਹੈਗਾ ਸਿਲੈਕਸ਼ਨ ਨਹੀਂ ਅਸੀਂ ਕਹਿ ਸਕਦੇ ਤਾਂ ਉਹਨਾਂ ਨੇ ਆਪਣੇ ਆਪ ਨੂੰ ਆਫਰ ਕੀਤਾ ਸੀਗਾ ਜਿਹੜੇ ਉੱਥੇ ਗਏ ਸੀ ਆਫਰ ਕੀਤਾ ਸੀ ਔਰ ਆਫਰ ਕਰਨ ਤੋਂ ਬਾਅਦ ਔਰ ਫਿਰ ਉਹ ਚਾਰ ਜਿਹੜੇ ਕਿ ਸਾਡੇ ਆਏ ਸੀਗੇ ਜਿਹੜੇ ਕਿ ਇਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੈਗੇ ਆ ਤਾਂ ਇਹ ਸਿਲੈਕਸ਼ਨ ਨੇ ਇੱਕ ਆਫਰਿੰਗ ਹੈਗੀ ਹੈ ਔਰ ਅੱਜ ਵੀ ਸਾਡੇ ਬੰਦੇ ਆਫਰ ਕਰਨ ਨੂੰ ਤਿਆਰ ਹੈਗੇ ਆ ਕਿ ਤੁਸੀਂ ਉਸ ਤਰੀਕੇ ਦਾ ਨਿਜਾਮ ਲੈ ਕੇ ਆਓ ਜਿਹੜਾ ਕਿ ਅੱਗੇ ਚੱਲ ਸਕੇ ਉਹ ਅੱਗੇ ਵੱਸ ਸਕੇ ਜਿਹੜੀ ਉਹ ਆਫਰਿੰਗ ਹੈਗੀ ਆ ਤੁਸੀਂ ਕਿਹਨੂੰ ਕਰਨੀ ਚਾਹੁੰਦੇ ਆ ਆਪਾਂ ਤਾਂ ਫਿਰ ਦੁਬਾਰਾ ਗੁਰੂ ਨੂੰ ਹੀ ਸਮਰਪਿਤ ਕਰਾਂਗੇ ਨਾ ਵੀ ਮੇਰਾ ਸਿਰ ਗੁਰੂ ਦੇ ਦਰ ਤੇ ਹਾਜ਼ਰ ਹੋਆ ਹਨਾ ਹੁਣ ਦੋ ਵਿਚਾਰ ਤਰ੍ਹਾਂ ਆਇਆ ਇੱਕ ਹੈਗੀ ਆ ਇਲੈਕਸ਼ਨ ਸਿਸਟਮ ਵਾਲੀ ਜਿਹੜਾ ਭਾਰਤ ਦਾ ਸੰਵਿਧਾਨ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਹੁਣ ਇਲੈਕਸ਼ਨ ਤੁਸੀਂ 75 ਬਰੇ ਕਰਕੇ ਦੇਖ ਲੈਣਾ ਜੀ ਸਾਰਾ ਕੀ ਹੱਥ ਪੱਲੇ ਪੈਂਦਾ ਹੈਗਾ 75% ਆਬਾਦੀ ਤੁਹਾਡੀ ਹੁਣ ਦੇ ਬਾਵਜੂਦ ਵੀ ਆ 85% ਆਬਾਦੀ ਤੁਹਾਡੀ ਹੁਣ ਦੇ ਬਾਵਜੂਦ ਵੀ 75 ਬਰਿਆਂ ਬਾਅਦ ਵੀ ਹਾਲਾਤ ਵੱਧ ਨਾਲੋਂ ਬੱਤਰ ਜਾਂ ਜਾਂ ਵੱਧ ਦੇ ਵੱਧ ਹੀ ਰਹਿ ਗ ਇੱਕ ਹੈਗਾ ਸਿਲੈਕਸ਼ਨ ਸਿਸਟਮ ਜਿੱਥੇ ਤੁਸੀਂ ਸੀਸਪੇਟ ਕਰਦੇ ਹੋ ਗੁਰੂ ਨੂੰ ਇੱਕ ਉਹ ਖਾਲਸਾ ਰਾਜ ਸਥਾਪਿਤ ਹੁੰਦਾ ਹੈਗਾ ਦੋ ਅਲੱਗ-ਅਲੱਗ ਵਿਚਾਰਧਾਰਾਾਂ ਹੋ ਗਈਆਂ ਮੈਨੂੰ ਐਵੇਂ ਲੱਗਦਾ ਮੈਂ ਨਹੀਂ ਕੋਈ ਅਲੱਗ ਵਿਚਾਰਧਾਰਾ ਨਹੀਂ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਆਫਰਿੰਗ ਹੈਗੀ ਹੈ ਉਹ ਜਿਹੜੀ ਮਾਇਨੋਰਿਟੀ ਕਮਿਊਨਿਟੀ ਹੈ ਉਹਨਾਂ ਨੂੰ ਪਤਾ ਸੀਗਾ ਸਾਡਾ ਰਾਜ ਜਿਹੜਾ ਹੈਗਾ ਦਰਾਵਿੜ ਰਾਜ ਚੱਲਿਆ ਹੈਗਾ ਜਿਹੜਾ ਕਿ ਮੋਹਨਜੋਦਾੜੋ ਦੀ ਖੁਦਾਈ ਤੋਂ ਸਟਾਰਟ ਹੁੰਦਾ ਹੈਗਾ ਜੀ ਜੋ ਕਿ ਅੱਜ ਜਿਹੜਾ ਹੈਗਾ ਉਹ ਦਬ ਚੁੱਕਿਆ ਹੈ ਔਰ ਜਦੋਂ ਅਸੀਂ ਹਰ ਇੱਕ ਜਗ੍ਹਾ ਗਏ ਆਂ ਇੰਡੀਆ ਦੇ ਵਿੱਚ ਹਰ ਕੋਨੇ ਦੇ ਵਿੱਚ ਘੁੰਮੇ ਉਹ ਉਹੀ ਰਾਜ ਚਾਉਂਦੇ ਹੈਗੇ ਆ ਕਿ ਸਾਡਾ ਸਮਾਜ ਜਿਹੜਾ ਉੱਠੇ ਇਹ ਕਮੀ ਇੱਥੇ ਹੈਗੀ ਹੈ ਕਿ ਜਦੋਂ ਵੋਟ ਦਾ ਅਧਿਕਾਰ ਦੀ ਗੱਲ ਹੈਗੀ ਹੈ ਵੋਟ ਇਕੁਅਲ ਹੈ ਧਿਆਨ ਇਕੁਅਲ ਐਜ ਪਰ ਰਾਈਟ ਐਜ ਪਰ ਕਨਸਟੀਟਿਊਸ਼ਨ ਪਰ ਗੱਲ ਕੀ ਹੈਗੀ ਹੈ ਕਿ ਉਹ ਗੱਲ ਕਿਤੇ ਹੈਂਡ ਟੂ ਮਾਉਥ ਵਾਲੀ ਗੱਲ ਹੈ ਅਸੀਂ ਉਹਨਾਂ ਦੇ ਵਿੱਚ ਜਾਗਰਤੀ ਲਿਆ ਰਹੇ ਹੈਗੇ ਆ ਉਹਨਾਂ ਦੇ ਕੋਲ ਜਾ ਰਹੇ ਆ ਉਹਨਾਂ ਦੇ ਨਾਲ ਡਿਸਕਸ਼ਨ ਕਰ ਰਹੇ ਆ ਔਰ ਉਹ ਉਸ ਚੀਜ਼ ਨੂੰ ਮੰਨ ਰਹੇ ਹੈਗੇ ਕਿ ਹਾਂ ਅਸੀਂ ਭਲੇਖੇ ਦੇ ਵਿੱਚ ਹੈਗੇ ਆ ਤੁਹਾਨੂੰ ਤੁਹਾਨੂੰ ਲੱਗਦਾ ਕਿ ਜੇ 85% ਲੋਕ ਜਾਗਰੂਕ ਹੋ ਜਾਣ ਤੁਹਾਨੂੰ ਇਹ ਲੱਗਦਾ ਕਿ ਉਹ ਜਾਗਰੂਕ ਹੋ ਕੇ ਸਹੀ ਲੋਕਾਂ ਨੂੰ ਵੋਟ ਪਾਉਣ ਜਾ ਐਂ ਉਹ ਲੱਗਦਾ ਤੁਹਾਨੂੰ ਕਿ ਜਦੋਂ ਤੁਹਾਡੇ ਵਰਗੇ ਸਿਆਣੇ ਬੰਦੇ ਉੱਥੇ ਸੱਤਾ ਦੇ ਕਾਬਜ ਹੋ ਗਏ ਤਾਂ ਫੇਰ ਠੀਕ ਹੋ ਜਾਊਗਾ ਐਂ ਲੱਗਦਾ ਤੁਹਾਨੂੰ ਮੈਂ 85% ਦੀ ਗੱਲ ਨਹੀਂ ਕਰ ਰਿਹਾ ਮੈਂ ਕਹਿੰਦਾ ਜੇ 10% ਵੀ ਜਾਗਰੂਕ ਹੋ ਗਏ ਤਾਂ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਸਾਡਾ ਰਾਜ ਇਮੀਡੀਏਟਲੀ ਆ ਜਾਏਗਾ ਨਹੀਂ ਪਰ ਸੱਤਾ ਤੁਹਾਡੇ ਹੱਥੋਂ ਨਹੀਂ ਨਹੀਂ ਕਿਉਂਕਿ ਉੱਥੇ ਉੱਥੇ ਵੋਟਾਂ ਗਿਣੀਆਂ ਜਾਣੀਆਂ ਉੱਥੇ ਨਹੀਂ ਵੋਟਾਂ ਦੀ ਗੱਲ ਮੈਂ ਕਰ ਰਿਹਾ 10% ਦਾ ਮਤਲਬ ਇਹ ਨਹੀਂ ਹੁੰਦਾ ਕਿ 10% ਮਤਲਬ ਤੁਸੀਂ 10% ਨੂੰ ਲੈ ਕੇ ਚੱਲੂਗੇ ਵੋਟਾਂ ਦੀ ਗੱਲ ਨਹੀਂ ਹੈ 10% ਦਾ ਮਤਲਬ ਹੈ ਫੈਮਲੀਆਂ ਮਤਲਬ ਉਹਦੇ ਨਾਲ ਮਤਲਬ ਸਾਡਾ ਸਮਾਜ ਜਿਹੜਾ ਸਾਰਾ ਸਾਰਾ ਟੋਟਲ ਉੱਪਰ ਉੱਠ ਜਾਏਗਾ ਕਿਉਂਕਿ ਐਜੂਕੇਸ਼ਨ ਦੀ ਕਮੀ ਹੈ ਉਹਨਾਂ ਨੂੰ ਘਾਟ ਜਿਹੜੀ ਹੈਗੀ ਉਹਨਾਂ ਦੇ ਕੋਲ ਪਤਾ ਨਹੀਂ ਹੈ ਉਹਨਾਂ ਲਾਸਟ ਮਿੰਟ ਦੇ ਉੱਤੇ ਉਹਨਾਂ ਨੂੰ ਕਹਦੇ ਜਦਾਂ ਕਣਕ ਦੀ ਬੋਰੀ ਦੇ ਇੱਥੇ ਕਿ ਵੀ ਚਲੋ ਇੱਕ ਹਫਤੇ ਦਾ ਰਾਸ਼ਨ ਤੁਹਾਨੂੰ ਮਿਲ ਜਾਏਗਾ ਤੁਸੀਂ ਇਹਦੇ ਉੱਤੇ ਬੋਡ ਦੇ ਦਿਓ ਉਹ ਵਿਚਾਰਾ ਮਤਲਬ ਉਸ ਭੰਬਰ ਪੂਛੇ ਦੇ ਵਿੱਚ ਪਿਆ ਜਾਂਦਾ ਹੈਗਾ ਕਿ ਮਤਲਬ ਮੈਂ ਚਲੋ ਇੱਕ ਹਫਤਾ ਦਾ ਸਭ ਮੇਰਾ ਕੰਮ ਚੱਲੇ ਪਰ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਤੁਸੀਂ ਇੱਕ ਹੀਰੇ ਹੋ ਤੁਹਾਡੀ ਚਮਕ ਹੈਗੀ ਹੈ ਤੁਹਾਨੂੰ ਹੀਰੇ ਨੂੰ ਜਿਹੜਾ ਹੈਗਾ ਮਿੱਟੀ ਦੇ ਵਿੱਚ ਲਬੇੜਿਆ ਹੋਇਆ ਉਸ ਜਿਹੜੀ ਮਿੱਟੀ ਹੈ ਮਿੱਟੀ ਨੂੰ ਅਸੀਂ ਤੋੜ ਰਹੇ ਹਾਂ ਮਿੱਟੀ ਨੂੰ ਧੋਕੇ ਕਿ ਤੁਹਾਡੀ ਉਹੀ ਚਮਕ ਹੈ ਜੋ ਇੱਕ بڑے ਆਦਮੀ ਦੀ ਚਮਕ ਹੈ ਉਸੇ ਤਰੀਕੇ ਨਾਲ ਬਾਹਰ ਨਿਕਲੋ ਜੇ ਤੁਹਾਡੀ ਚਮਕ ਵਾਪਸ ਆ ਗਈ ਤਾਂ ਤੁਸੀਂ ਆਪਣਾ ਰਾਜ ਕਾਇਮ ਕਰ ਸਕਦੇ ਹੋ ਉਹਦੇ ਵਿੱਚ ਕੋਈ ਪਰੇਸ਼ਾਨ ਨੇ ਵਾਲੀ ਗੱਲ ਨਹੀਂ ਹੈ ਤੁਹਾਨੂੰ ਲੱਗਦਾ ਕਿ ਸਿੱਖ ਧਰਮ ਦੇ ਵਿੱਚ ਜਿਵੇਂ ਮਹਿਸਰੂਚ ਗੱਲ ਕੀਤੀ ਸੀਗੀ ਤੁਸੀਂ ਵੀ ਖੁਦ ਗੱਲ ਇਹ ਗੱਲ ਕਰਦੇ ਹੋ ਕਿ ਗੁਰੂ ਪਾਤਸ਼ਾਹ ਜੀ ਨੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਨਾ ਜੀ ਥੱਲੋ ਚੁੱਕ ਕੇ ਮਤਲਬ ਕਿੰਨਾ ਮਾਨ ਸਨਮਾਨ ਦਿੱਤਾ ਹਮ ਰਖਤ ਪਾਤਸ਼ਾਹੀ ਦਾਵਾ ਦੀ ਗੱਲ ਆਪਾਂ ਕਰਨ ਜੋਗੇ ਅੱਜ ਹੋ ਗਏ ਆ ਨਾ ਜੀ ਤੇ ਅਸੀਂ ਪਾਤਸ਼ਾਹੀ ਦਾ ਦਾਵਾ ਰੱਖਦੇ ਆ ਅਸੀਂ ਰਾਜ ਭਗ ਦੇ ਮਾਲਕ ਹੁੰਦੇ ਸੀਗੇ ਆਪਣੀਆਂ ਟੈਂਕਾਂ, ਤੋਪਾਂ, ਫੌਜਾਂ ਦੇ ਮਾਲਕ ਹੁੰਦੇ ਸੀ ਆਪਣੇ ਘੋੜਿਆਂ ਦੇ ਮਾਲਕ, ਆਪਣੇ ਬਾਜਾਂ ਦੇ ਮਾਲਕ। ਵੀ ਜਿਹੜੇ ਲੋਕ ਉਹ ਕਰਨ ਨਹੀਂ ਸੀ ਕੁਝ ਵੀ ਦਿੰਦੇ। ਗੁਰੂ ਸਾਹਿਬ ਜੀ ਨੇ ਸਾਨੂੰ ਆਖਿਆ ਕਿ ਤੁਸੀਂ ਦਿਮਾਲੇ ਸਜਾਓ। ਤੁਸੀਂ ਦਾੜੀ-ਮੋਛ ਨਹੀਂ ਰੱਖ ਸਕਦੇ। ਗੁਰੂ ਸਾਹਿਬ ਜੀ ਕਹਿੰਦੇ ਮੇਰਾ ਸਿੱਖ ਐਵੇਂ ਦਾ। ਤੁਸੀਂ ਪ੍ਰਭਾਵਿਤ ਹੁੰਦੇ ਹੋ ਤੁਹਾਨੂੰ ਲੱਗਦਾ ਕਿ ਸਾਨੂੰ ਸਿੱਖੀ ਗ੍ਰਹਿਣ ਕਰ ਲੈਣੀ ਚਾਹੀਦੀ ਐਂ ਲੱਗਦਾ ਤੁਹਾਨੂੰ। ਦੇਖੋ ਗ੍ਰੰਡ ਸਿੱਖੀ ਕੀ ਹੈਗੀ ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਇਹ ਹੈ ਸਿੱਖਣ ਵਾਲੀ ਸੁਰਨ ਵਾਲੀ ਕਿ ਸਿੱਖੀ ਕੀ ਹੈ ਸਿੱਖੀ ਇੱਕ ਸਚਾਈ ਕਿ ਸਚਾਈ ਦੇ ਉੱਤੇ ਚੱਲਣਾ ਉਹ ਜਿਹੜੀ ਸਿੱਖ ਕੌਮ ਹੈ ਸਚਾਈ ਦੇ ਉੱਤੇ ਚੱਲ ਰਹੀ ਹੈਗੀ ਹੈ ਔਰ ਇਸੇ ਕਰਕੇ ਜਿਹੜੀ ਉਹ ਕਾਮਯਾਬ ਹੋਈ ਹੈਗੀ ਹੈ ਕਿਉਂਕਿ ਇੱਕ ਬਹੁਤ ਹੀ ਘੱਟ ਲੋਕ ਹਨ ਜਿਹੜੇ ਕਿ ਇਹਦੇ ਵਿੱਚ ਹੁੰਦੇ ਹੋਏ ਵੀ ਕਿਉਂਕਿ ਉਹਨਾਂ ਦੇ ਵਿੱਚ ਏਕਤਾ ਹੈਗੀ ਹੈ ਇੱਕ ਜੁਟਤਾ ਹੈਗੀ ਹੈ ਔਰ ਇਸ ਕਰਕੇ ਉਹ ਘੱਟ ਹੁੰਦੇ ਹੋਏ ਵੀ ਜ਼ਿਆਦਾ ਨਜ਼ਰ ਆਉਂਦੇ ਹੈਗੇ ਪਰ ਸਾਡੇ ਬੰਦੇ ਜ਼ਿਆਦਾ ਦੇ ਉਹ ਵੀ ਘਟਨਾ ਜਰ ਹੁੰਦੇ ਆ ਸਿੱਖ ਸਿੱਖ ਘਟ ਹੁੰਦੇ ਆ ਜਿਆਦਾ ਮੈਨੂੰ ਐ ਲੱਗਦਾ ਕਿ ਨਜ਼ਰ ਤਾਂ ਹੁੰਦੇ ਆ ਕਿੰਗੇ ਸਿੱਖਾਂ ਨੇ ਉਸ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਅਡਾਪਟ ਕੀਤਾ ਹੋਇਆ ਔਰ ਫਿਰ ਉਹਨੂੰ ਦਿਖਾਉਂਦੇ ਆ ਲੋਕਾਂ ਨੂੰ ਤੇ ਅਸੀਂ ਇਹੋ ਜਿਹੇ ਹੁੰਨੇ ਆ ਹਨਾ ਜੀ ਸੋ ਇੱਕ ਮੈਨੂੰ ਲੱਗਦਾ ਕਿ ਵਧੀਆ ਚੀਜ਼ ਹੈਗੀ ਆ ਸੋ ਕੀ ਕਹਿਣਾ ਚਾਹੁੰਦੇ ਹਾਂ ਆਪਣੇ ਪੂਰੇ ਮੁਲਕ ਦੇ ਉਹਨਾਂ ਦੱਬੇ ਕੁਚਲੇ ਲੋਕਾਂ ਨੂੰ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਦੱਬੇ ਹੋਏ ਹਾਂ ਸਾਨੂੰ ਉਹ ਲੋਕ ਅੱਜ ਵੀ ਕਹਿੰਦੇ ਕਿ ਤੁਸੀਂ ਤਾਂ ਤੁਹਾਡੀ ਥਾਂ ਤਾਂ ਇੱਥੇ ਹੀ ਆ ਤੁਸੀਂ ਇੱਥੇ ਹੀ ਬਹਿਣਾ ਹੈਗਾ ਤੁਹਾਨੂੰ ਨਾਲ ਨਹੀਂ ਬਿਠਾਉਂਦੇ ਹੈਗੇ ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਮੈਂ ਇਹ ਉਹਨਾਂ ਸਾਰਿਆਂ ਨੂੰ ਸਾਰੇ ਮਤਲਬ ਆਪਣੇ ਭਾਰਤ ਨੂੰ ਪਰ ਇਹ ਜਿਹੜੇ ਬਾਹਲੇ ਦੇਸ਼ਾਂ ਦੇ ਲੋਕ ਹੈ ਜੋ ਕਿ ਸਾਡੇ ਸਾਡੇ ਵੱਲ ਝਾਕ ਰਹੇ ਹਨ ਸਾਡੇ ਵੱਲ ਦੇਖ ਰਹੇ ਹਨ ਕਿ ਇਹ ਇੱਕ ਬਹੁਜਨ ਦਰਾਵਨ ਪਾਰਟੀ ਹੈ ਜਿਹੜੀ ਅਜੇ ਤੱਕ ਉੱਠੀ ਹੈ ਜਿਨ੍ਹਾਂ ਨੇ ਕਦੀ ਮਤਲਬ ਸਿੱਖੀ ਤੋਂ ਇਲਾਵਾ ਕੋਈ ਗੱਲ ਨਹੀਂ ਕਰਦੇ ਜੋ ਵੀ ਗੱਲ ਕਰਦੇ ਗੁਰਮਤ ਦੀ ਗੱਲ ਦੇ ਗੁਰਮਤ ਦੇ ਹਿਸਾਬ ਨਾਲ ਚੱਲਦੇ ਆ ਜਿਸ ਤਰ੍ਹਾਂ ਕਾਂਸ਼ੀਰਾਮ ਜੀ ਦੇ ਲੈਣ ਨੂੰ ਅਸੀਂ ਲੈ ਕੇ ਚੱਲਦੇ ਆ ਕਾਂਸ਼ੀਰਾਮ ਜੀ ਨੂੰ ਪੁੱਛਿਆ ਗਿਆ ਸੀਗਾ ਪਾਰਲੀਮੈਂਟ ਦੇ ਵਿੱਚ ਵੀ ਕਿ ਤੁਹਾਡਾ ਮੈਨੀਫੈਸਟੋ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਮੈਨੀਫੈਸਟੋ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਹੈ ਜਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਮੈਨੀਫੈਸਟੋ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਦੀ ਬਾਣੀ ਹੈ ਸਾਰੇ ਗੁਰੂਆਂ ਦੀ ਬਾਣੀ ਸਾਰੇ ਫਕੀਰਾਂ ਦੀ ਬਾਣੀ ਹੈਗੀ ਹੈ ਤਾਂ ਜੇ ਅਸੀਂ ਉਸ ਨੂੰ ਮੈਨੀਫੈਸਟੋ ਅਸੀਂ અપਨਾ ਲੈਨੇ ਆ ਤਾਂ ਸਾਡਾ ਜਿਹੜਾ ਰਾਜ ਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਫਿਰ ਜਿਹੜਾ ਇਸ ਵੇਲੇ ਭਾਰਤ ਦਾ ਸੰਵਿਧਾਨ ਹੈਗਾ ਉਹਦੇ ਵਿੱਚ ਤੁਹਾਨੂੰ ਐਮੈਂਡਮ ਗੁਰਮਤਿ ਵਿਚਾਰ ਧਾਰਾ ਦੇ ਮੁਤਾਬਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਨਹੀਂ ਅਮੈਂਡਮੈਂਟ ਇਸ ਵੇਲੇ ਫਿਲਹਾਲ ਕੰਦੀ ਕੋਈ ਜ਼ਰੂਰਤ ਨਹੀਂ ਹੈ ਇਸ ਵੇਲੇ ਸਾਨੂੰ ਜੇ ਜ਼ਰੂਰਤ ਹੈਗੀ ਹੈ ਤਾਂ ਇਸ ਵੇਲੇ ਆਪਣੇ ਸਮਾਜ ਨੂੰ ਜਗਰਾ ਕੇ ਉਸ ਪੋਜੀਸ਼ਨ ਦੇ ਵਿੱਚ ਪਹੁੰਚਾਣਾ ਹੈ ਜਦੋਂ ਅਸੀਂ ਉਸ ਪੋਜੀਸ਼ਨ ਦੇ ਵਿੱਚ ਆ ਜਾਵਾਂਗੇ ਤਾਂ ਅਮੈਂਡਮੈਂਟ ਆਟੋਮੈਟਿਕਲੀ ਹੋ ਜਾਏਗੀ ਹੁਣ ਜਿਸ ਤਰ੍ਹਾਂ ਸਾਡੇ ਬੰਦੇ ਜਿਹੜੇ ਆ ਜਿੱਦਾਂ ਬੰਦੀ ਸਿੱਖ ਹੈਗੇ ਆ ਉਹ ਬੰਦੀ ਸਿੱਖ ਹੀ ਨਹੀਂ ਮਤਲਬ ਹੋਰ ਵੀ ਬਹੁਤ ਹੈ ਜਿਹੜੀ ਕਮਿਊਨਿਟੀ ਹੈਗੀ ਹੈ ਸਿਰਫ ਕੱਲੀ ਬੰਦੀ ਸਿੱਖਾਂ ਦੀ ਗੱਲ ਨਹੀਂ ਬਹੁਤ ਕਮਿਊਨਿਟੀ ਹੈ ਜਿਨ੍ਹਾਂ ਨੇ ਕਿ ਆਪਣੇ ਦੇਸ਼ ਦੇ ਲੈ ਆਪਣੇ ਰਾਜ ਪ੍ਰਾਪਤ ਕਰਨ ਲਈ ਬੜੇ ਤਸੱਦਦ ਚਗਲੇ ਹਨ ਉਹ ਅੱਜ ਵੀ ਜੇਲ੍ਹਾਂ ਦੇ ਵਿੱਚ ਪਏ ਹਨ ਤਾਂ ਅਸੀਂ ਕਹਿੰਦੇ ਆ ਕਿ ਸਾਰਿਆਂ ਨੂੰ ਇਰਹਾ ਕਰਨਾ ਚਾਹੀਦਾ ਕਨਸਟੀਟਿਊਸ਼ਨ ਇਜਾਜ਼ਤ ਨਹੀਂ ਦੇ ਰਿਹਾ ਕਿ ਤੁਸੀਂ ਕਿਸੇ ਵੀ ਬੰਦੇ ਨੂੰ ਜੇਲ੍ਹਾਂ ਦੇ ਵਿੱਚ ਸੜਨ ਦਿਓ ਪਰ ਇਹ ਮਤਲਬ ਇਹਨਾਂ ਨੂੰ ਇਹ ਪਤਾ ਹੈ ਕਿ ਜੇ ਇਹ ਬੰਦੇ ਬਾਹਰ ਆ ਗਏ ਤਾਂ ਇਹਨਾਂ ਨੂੰ ਉਹੀ ਗੱਲ ਹੈ ਉਸ ਲਹਿਰ ਨੂੰ ਉੱਪਰ ਨੂੰ ਉਠਾਉਣ ਦੀ ਕੋਸ਼ਿਸ਼ ਕਰਨੀ ਹੈ ਔਰ ਅਸੀਂ ਜਿਹੜੇ ਹੈਗੇ ਆ ਅਸੀਂ ਡਾਊਨ ਹੋ ਜਵਾਂਗੇ ਇਸ ਕਰਕੇ ਉਹਨਾਂ ਨੂੰ ਬਾਹਰ ਨਹੀਂ ਆਣ ਦਿੰਦੇ ਹੈਗੇ ਆ ਤਾਂ ਅਸੀਂ ਅਪੀਲ ਵੀ ਕਰਦੇ ਆ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ ਸਾਰਿਆਂ ਨੂੰ ਜਿੰਨੇ ਵੀ ਹੈਗੇ ਆ ਜੋ ਕਿ ਇਸ ਗੱਲ ਨੂੰ ਕੋਰਟ ਵੀ ਮੰਨਦੀ ਹੈ ਕਿ ਰਿਹਾ ਹੋਣਾ ਚਾਹੀਦੇ ਆ ਪਰ ਇਹ ਅੱਜ ਕੱਲ ਦੀ ਜਿਹੜੀ ਗਵਰਨਮੈਂਟ ਹੈ ਉਹ ਕੁਝ ਹੀ ਬੰਦਿਆਂ ਦੀ ਗਵਰਨਮੈਂਟ ਹੈਗੀ ਹੈ ਜਿਹੜੇ ਕਿ ਉਸ ਨੂੰ ਇੰਪਲੀਮੈਂਟ ਨਹੀਂ ਹੋਣ ਦਿੰਦੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਵੀ ਸਾਰੇ ਬੰਦੀ ਸਿੱਖ ਵੀ ਰਿਹਾ ਹੁਣ ਸਾਰੇ ਜਿੰਨੇ ਹੋਰ ਵੀ ਅਦਰ ਕਮਿਊਨਿਟੀ ਦੇ ਬੰਦੇ ਉਹ ਵੀ ਦਿਖਾਨ ਹੋਣੇ ਚਾਹੀਦੇ ਹੈਗੇ ਔਰ ਜਦੋਂ ਉਹ ਰਿਹਾ ਹੋ ਗਿਆ ਤਾਂ ਸਾਡਾ ਸੰਵਿਧਾਨ ਦੇ ਵਿੱਚ ਤਾਂ ਕੋਈ ਕਿਸੇ ਨੇ ਕਿਹਾ ਹੀ ਨਹੀਂ ਸੰਵਿਧਾਨ ਕਿ ਤੁਸੀਂ ਇਸ ਨੂੰ ਬੰਦ ਕਰਕੇ ਰੱਖੋ ਇਹ ਤਾਂ ਮਤਲਬ ਇੱਕ ਜਿਸ ਤਰ੍ਹਾਂ ਟੱਕੇ ਸਹੀ ਹੈ ਜਿਹੜੇ ਜਿਹੜੇ ਲੋਕ ਤਾਂ ਆਪਾਂ 75 ਬਰੇ ਹੋ ਗਏ ਮੁਲਕ ਨੂੰ ਆਜ਼ਾਦ ਹੋਇਆ ਨੂੰ ਸਿੱਖ ਉਸ ਰਾਹੇ ਕਿਉਂ ਪਏ ਜਦੋਂ ਆਪਾਂ ਇਸ ਵਾਲੇ ਬੰਦੇ ਨੂੰ ਜਾਵਾਂਗੇ ਤਾਂ ਮੈਨੂੰ ਲਗਾ ਗੱਲ ਬਹੁਤ ਲੰਬੀ ਹੋ ਜਾਊਗੀ ਤੇ ਬਸ ਇੱਕ ਦੋ ਸਵਾਲ ਹੀ ਹੋਰ ਹੈਗੇ ਸਿੱਖ ਇਸ ਬੰਦੇ ਨੂੰ ਕਿਉਂ ਤੁਰੇ ਆਪਾਂ ਉਹ ਕਈ ਵਾਰ ਐਂ ਸਮਝਦੇ ਹੈਗੇ ਆ ਕਿ ਇਸ ਮੁਲਕ ਦੇ ਨਿਜ਼ਾਮ ਨੇ ਹਨਾ ਜੀ ਹਕੂਮਤਾਂ ਨੇ ਸਿੱਖਾਂ ਨੂੰ ਉਸ ਬੰਦੇ ਨੂੰ ਜਾਣ ਵਾਸਤੇ ਪ੍ਰੇਰਿਤ ਕਰਤਾ ਤਕੇ ਲਿਆ ਸਿੱਖਾਂ ਨੂੰ ਉਧਰ ਨੂੰ ਕਿ ਤੁਸੀਂ ਆਪਣੇ ਹੱਥਾਂ ਦੇ ਵਿੱਚ ਹਥਿਆਰ ਕਿਉਂਕਿ ਗੁਰੂ ਸਾਹਿਬ ਜੀ ਨੇ ਵਿਆਖਿਆ ਸੀ ਕਿ ਚੂਕਾਰ ਅਜ਼ਹਮਾਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਜੇ ਜਦੋਂ ਸਾਰੇ ਹੀ ਲਿਬਸੀਲੇ ਮੁੱਕ ਜਾਣ ਤਾਂ ਫਿਰ ਤਲਵਾਰ ਦੀ ਮੁੱਠ ਤੇ ਹੱਥ ਚਲੇ ਜਾਣਾ ਵਾਜਬ ਹੈਨਾ ਜੀ ਤੁਹਾਨੂੰ ਇੱਥੇ ਹੱਕ ਹਕੂਕ ਨਹੀਂ ਮਿਲੇ ਤੁਹਾਨੂੰ ਪੰਜਾਬੀ ਸੂਬਾ ਲੈਣ ਵਾਸਤੇ ਵੀ ਸੰਘਰਸ਼ ਕਰਨਾ ਪਿਆ ਇੱਕ ਸੱਤ ਕੁ ਬਰਿਆਂ ਦਾ ਬੱਚਾ ਜਿਹੜਾ ਹੈਗਾ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਪਾਬੰਦੀ ਲੱਗ ਜਾਂਦੀ ਆ ਬਾਕੀ ਸੂਬਿਆਂ ਨੂੰ ਬਾਸ਼ਾਵਾਦੀ ਆਧਾਰ ਦੇ ਉੱਪਰ ਮਿਲ ਗਏ ਸਾਰੇ ਸੂਬੇ ਪੰਜਾਬ ਦੇ ਫੇਰ ਤੇ ਨੇ ਟੁਕੜੇ ਕੀਤੇ ਗਏ ਪੰਜਾਬ ਰਹਿ ਗਿਆ ਉਧਰ ਹਰਿਆਣਾ ਹਿਮਾਚਲ ਕੜਤਾ ਹੁਣ ਫੇਰ ਪਤਾ ਨਹੀਂ ਅੱਗੇ ਤੋਂ ਅੱਗੇ ਉਹਨਾਂ ਨੇ ਕੀ ਕਰਨਾ ਹੈਗਾ ਸੋ ਸਿੱਖਾਂ ਨੂੰ ਮਜਬੂਰ ਹੋ ਕੇ ਉਧਰਲੇ ਬਿਰਨ ਨੂੰ ਤੁਰਨਾ ਪਿਆ ਜਿੱਧਰਲੇ ਬਿਰਨ ਨੂੰ ਤੁਰਿਆ ਨੂੰ ਉਹਨਾਂ ਨੂੰ ਕਹਿਣਾ ਪਿਆ ਵੀ ਇਹ ਅੱਤਵਾਦੀ ਆ ਹੁਣ ਸਿੱਖ ਚਾਹੁੰਦੇ ਆ ਕਿ ਨਹੀਂ ਬਈ ਅਸੀਂ ਤੁਹਾਡਾ ਧੱਕਾ 75 ਬਰੇ ਚੱਲ ਲਿਆ ਅਸੀਂ ਨਹੀਂ ਤੁਹਾਡਾ ਧੱਕਾ ਹੋਰ ਚੱਲ ਸਕਦੇ ਉਹਨਾਂ ਸਿੱਖਾਂ ਨੂੰ ਕੁਝ ਕਹਿਣਾ ਚਾਹੁੰਦੇ ਉਹ ਜਿਹੜੇ ਅੱਜ ਆਜ਼ਾਦੀ ਦੇ ਰਾਹ ਪਏ ਹੋਏ ਆ ਅੱਜ ਇੱਥੇ ਵੀ ਜਿਨ੍ਹਾਂ ਨੇ ਤੁਹਾਨੂੰ ਸਨਮਾਨਿਤ ਕੀਤਾ ਦਲ ਖਾਲਸਾ ਵਾਲਿਆਂ ਨੇ ਉਹ ਤੇ ਇਲੈਕਸ਼ਨ ਵੀ ਨਹੀਂ ਉਹ ਕਹਿੰਦੇ ਸਾਡਾ ਇਲੈਕਸ਼ਨ ਦੇ ਵਿੱਚ ਅਸੀਂ ਬੀਲੀਵ ਨਹੀਂ ਕਰਦੇ ਹੈਗੇ ਨਾ ਇਲੈਕਸ਼ਨ ਨਾ ਵੋਟਾਂ ਦੇ ਸਿਸਟਮ ਦੇ ਵਿੱਚ ਪੈਂਦੇ ਹੀ ਹੈਗੇ ਆ ਉਹ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਆ ਤੁਹਾਨੂੰ ਲੱਗਦਾ ਕਿ ਠੀਕ ਆ ਉਹ ਆਪਣੇ ਰਾਹ ਤੇ ਠੀਕ ਨੇ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਉਹਨਾਂ ਨੂੰ ਮੁੜੇ ਆਉਣਾ ਚਾਹੀਦਾ ਪਿੱਛੇ ਨੂੰ ਉਹ ਆਪਣੇ ਰਾਹ ਦੇ ਉੱਤੇ ਬਿਲਕੁਲ ਠੀਕ ਹੈਗੇ ਆ ਪਰ ਮੇਨ ਜਿਹੜਾ ਹੈਗਾ ਜਿਸ ਤਰ੍ਹਾਂ ਕਿ ਪੰਜਾਬ ਹੈਗਾ ਪੰਜਾਬ ਦੀ ਕੈਪੀਟਲ ਜਿਹੜੀ ਹੈਗੀ ਉਹ ਚੰਡੀਗੜ੍ਹ ਹੈਗੀ ਹੈ ਉਹ ਚੰਡੀਗੜ੍ਹ ਦੇ ਵਿੱਚ ਹਕੂਮਤ ਜਿਹੜੀ ਹੈ ਮਤਲਬ ਯੂਨੀਅਨ ਟੈਰੀਟਰੀ ਹੈਗੀ ਹੈ ਯੂਟੀ ਦੀ ਜਿਹੜੀ ਵੀ ਹਕੂਮਤ ਹੋਏਗੀ ਜੋ ਵੀ ਫਰਮਾਨ ਹੋਏਗਾ ਉਹ ਸੈਂਟਰ ਗਵਰਨਮੈਂਟ ਦਾ ਹੋਏਗਾ ਤਾਂ ਇਸੇ ਕਰਕੇ ਉਹਨਾਂ ਨੇ ਪੰਜਾਬ ਨੇ ਜਾਣ ਬੁੱਝ ਕੇ ਯੂਟੀ ਬਣਾਇਆ ਹੋਇਆ ਉਸ ਨੂੰ ਚੰਡੀਗੜ੍ਹ ਔਰ ਜਿੰਨੇ ਵੀ ਫਰਮਾਨ ਹੁੰਦੇ ਉਥੋਂ ਦੇ ਜੇ ਕੋਈ ਅੱਛਾ ਕੰਮ ਕਰਦੇ ਹੈਗੇ ਆ ਉਹਦੇ ਉੱਤੇ ਸਾਈਨ ਜਿਹੜੇ ਲੈਫਟਰਨਰ ਗਵਰਨਰ ਦੇ ਜਗਵਰਨਰ ਦੇ ਹੋਣੇ ਆ ਉਹ ਵਿਦਾਊਟ ਦਾ ਅਪਰੂਵਲ ਆਫ ਸੈਂਟਰ ਗਵਰਨਮੈਂਟੋਂ ਨਹੀਂ ਹੋ ਸਕਦੇ ਇਸ ਕਰਕੇ ਮਤਲਬ ਜਿੰਨੇ ਵੀ ਸਾਡੇ ਉੱਪਰ ਡਿਕਟੇਟਰਸ਼ਿਪ ਹੋ ਰਹੀ ਹੈ ਸਟੇਟ ਗਵਰਨਮੈਂਟ ਦੀ ਹੋ ਰਹੀ ਹੈ ਔਰ ਸਾਡੇ ਬੰਦਿਆਂ ਨੂੰ ਇਸ ਚੀਜ਼ ਨੂੰ ਸਿੱਖਣਾ ਚਾਹੀਦਾ ਹੈ ਕਿ ਵੀ ਅਸੀਂ ਜੇ ਮਤਲਬ ਡਿਕਟੇਟਰਸ਼ਿਪ ਹੈ ਉਸ ਦਾ ਅਸੀਂ ਮੁਕਾਬਲਾ ਜਿਹੜਾ ਕਰਨਾ ਅਸੀਂ ਕਰਨਾ ਉਹ ਸਾਨੂੰ ਬਾਹਰ ਨਿਕਲਣਾ ਚਾਹੀਦਾ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਹਕੂਮਤ ਦੇ ਅੱਗੇ ਮਾ ਚਾਹੀਦਾ ਆਪਾਂ ਜਿਹਨਾਂ ਦੇ ਘਰੇ ਬੈਠੇ ਹੈਗੇ ਆ ਅੱਜ ਇਸ ਪਾਰਟੀ ਨੇ ਆਪਾਂ ਨੂੰ ਸਨਮਾਨ ਦਿੱਤਾ ਕੀਤਾ ਹੈਗਾ ਉਹ ਖਾਲਿਸਤਾਨ ਦੇ ਰਾਹ ਪਈ ਹੋਈ ਹੈ ਸਿੱਧੀ ਸਿੱਧੀ ਗੱਲ ਹੈ ਉਹ ਕਹਿੰਦੇ ਸਾਡਾ ਖਾਲਿਸਤਾਨ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਸਪੋਰਟ ਕਰਦੇ ਹੋ ਖਾਲਸਾ ਦੰਦੀ ਭਾਵੇਂ ਤੁਸੀਂ ਉਧਰ ਜਿੱਧਰ ਮਰਜੀ ਵਿਚਰੋ ਸਪੋਰਟ ਕਰਦੇ ਹੋ ਉਹਨਾਂ ਦੀ ਨਹੀਂ ਖਾਲਸਾਣ ਦਾ ਮਕਸਦ ਅਸੀਂ ਸਾਡੀ ਖਾਲਸਾਣ ਜਿਹੜੀ ਅਸੀਂ ਨਹੀਂ ਕਹਿੰਦੇ ਕਿ ਪੰਜਾਬ ਖਾਲਸਾਣ ਰਾਜ ਅਲੱਗ ਹੋਵੇ ਅਸੀਂ ਕਹਿੰਦੇ ਪੂਰਾ ਇੰਡੀਆ ਖਾਲਸਾਣ ਉਹ ਪੰਜਾਬ ਭਈ ਇਹ ਹੁੰਦਾ ਸਗਾ ਖਾਲਸਾ ਰਾਜ ਅਲੱਗ ਹੁੰਦਾ ਸਗਾ ਜਦੋਂ ਆਪਾਂ ਹਾਂ ਗੱਲ ਕਰਦੇ ਆ ਫਿਰ ਤੇ ਕਈ ਵਾਰ ਇਹ ਲੱਗਦਾ ਹੈਗਾ ਕਿ ਨਾ ਨਾ ਕੀ ਕਹਿੰਦੇ ਹੁੰਦੇ ਸਾਡੇ ਪੰਜਾਬੀ ਜੇ ਕਹਾਵਤਾਂ ਵੀ ਨਾ ਨਾ ਮਣ ਤੇਲ ਹੋਵੇ ਤੇ ਨਾ ਰਾਦਾ ਨੱਚੇ ਨੇ ਨੇ ਅੱਗੇ ਵੀ ਹੋਇਆ ਅੱਗੇ ਅਜੇ ਤੱਕ ਤਾਂ ਕੋਈ ਇਸ ਤਰ੍ਹਾਂ ਦੇ ਖਾਲਸਾਤਾਨ ਦਾ ਅਲਗ ਰਾਜ ਕੋਈ ਨਹੀਂ ਸੀਗਾ ਉਹ ਬਿਫੋਰ ਪਾਰਟੀਸ਼ਨ ਵਗੈਰਾ ਜਿਹੜਾ ਰਾਜਾ ਰਣਜੀਤ ਸਿੰਘ ਦੇ ਉਹ ਜਿਹੜੀਆਂ ਸੰਧੀਆਂ ਹੋਈਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਮਹਾਰਾਣੀ ਜਿੰਦਕੌਰ ਮਹਾਰਾਜਾ ਦਲੀਪ ਸਿੰਘ ਉਹ ਦੋਨਾਂ ਬਾਲਗ ਸੀ ਨਾ ਜੀ 9 ਮਾਰਚ 1946 ਵਾਲੀਆਂ ਸੰਧੀਆਂ ਉਹ ਅੱਜ ਵੀ ਵੈਲਿਡ ਨੇ ਜੀ ਉਹ ਨਹੀਂ ਸੰਧਿਆ ਵੈਲਿਡ ਹੈ ਗਿਆ ਮੈਂ ਉਹੀ ਗੱਲ ਕਰ ਰਿਹਾ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਜਿਹੜਾ ਸਮੇਂ ਸੀਗਾ ਅਸੀਂ ਚਾਹੁੰਦੇ ਕਿ ਉਸ ਤਰ੍ਹਾਂ ਦਾ ਹੀ ਸਮਾਂ ਆਣਾ ਚਾਹੀਦਾ ਖਾਲਸਾ ਉਹ ਹੀ ਖਾਲਸਾ ਹੈ ਜਿੱਥੇ ਵੋਟਾਂ ਦੇ ਵਿੱਚੋਂ ਨਿਕਲੇਗਾ ਤੁਹਾਨੂੰ ਲੱਗਦਾ ਵੋਟਾਂ VOTING ਸਿਸਟਮ ਦੇ ਵਿੱਚੋਂ ਨਿਕਲ ਸਕਦਾ ਹੋ ਜਾ ਰਾਜ ਦੇਖੋ VOTING ਸਿਸਟਮ ਤਾਂ ਚੱਲਦੀ ਰਹਿਣੀ ਹੈ VOTING ਸਿਸਟਮ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ ਇਹ ਚੱਲੇਗਾ ਪਰ ਕੀ ਦਿੱਤਾ ਤੁਹਾਨੂੰ VOTING ਸਿਸਟਮ ਨੇ 75 ਬਰਿਆਂ ਦੇ ਵਿੱਚ ਨਹੀਂ 75 ਬਰਿਆਂ ਦੇ ਵਿੱਚ ਸਾਨੂੰ VOTING ਸਿਸਟਮ ਨੇ ਕੁਝ ਨਹੀਂ ਦਿੱਤਾ ਉਹਦਾ ਕਾਰਨ ਸਭ ਫਿਰ ਵੀ ਅਸੀਂ ਫਿਰ ਵੀ ਹਾਲੇ ਹੋਰ ਅਸੀਂ ਅਜਮਾਉਣਾ ਚਾਹੁੰਦੇ ਹਾਂ ਨੇ ਨੇ VOTING ਸਿਸਟਮ ਚੱਲੇਗੀ ਪਰ ਜਦੋਂ ਸਾਡੇ ਬੰਦੇ ਰਾਈਟ ਜਗ੍ਹਾ ਦੇ ਉੱਤੇ ਵੋਟ ਪਾਣਗੇ ਤਾਂ ਆਟੋਮੈਟਿਕਲੀ ਸਭ ਕੁਝ ਠੀਕ ਹੋ ਜਾਏਗਾ ਇਹ ਤੁਹਾਨੂੰ ਲੱਗਦਾ ਬਿਲਕੁਲ ਲੱਗਦਾ ਹੈਗਾ ਔਰ ਇਸੇ ਕਰਕੇ ਅਸੀਂ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਾਗਰਿਤ ਕਰ ਰਹੇ ਹਾਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਵੋਟ ਦੀ ਵੈਲਿਊ ਕੀ ਹੈ ਜੇ ਤੋ ਕਹਿੰਦੇ ਕਿ ਵੀ ਸਾੜੇ ਸੰਬਸੇ ਵਾਲੇ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਕਿਹਾ ਉਹ ਉਹੀ ਗੱਲ ਹੈ ਕਿ ਬੋਰਡ ਦੀ ਵੈਲਿਊ ਜਿਹੜੇ ਬੜਾ ਉੱਚੇ ਤੋਂ ਉੱਚਾ ਬੰਦਾ ਉਹਦੀ ਵੀ ਉਹੀ ਹੈ ਜਿਹੜਾ ਨੀਵੇਂ ਤੋਂ ਨੀਵੇਂ ਬੰਦਾ ਉਹਦੀ ਵੀ ਉਹੀ ਹੈ ਜੇ ਉਹਨਾਂ ਨੂੰ ਜਾਗਰਤੀ ਆ ਜਾਏਗੀ ਔਰ ਉੱਠਣਗੇ ਤਾਂ ਬੋਰਡ ਦੀ ਕੀਮਤ ਉਹਨਾਂ ਨੂੰ ਪਤਾ ਲੱਗ ਜਾਏਗੀ ਔਰ ਜੇ ਬੋਰਡ ਦੀ ਅਸਲੀ ਕੀਮਤ ਦੇ ਉੱਤੇ ਵੋਟ ਪਾਣਗੇ ਤਾਂ ਆਟੋਮੈਟਿਕਲੀ ਰਾਜ ਚੇਂਜ ਹੋ ਜਾਏਗਾ ਜ਼ਰੂਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਗੱਲਬਾਤਾਂ ਹੋਈਆਂ ਨੇ ਸਵਾਲ ਹੋਰ ਵੀ ਕਾਫੀ ਜ਼ਿਆਦਾ ਹੈਗੇ ਨੇ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ ਤੁਹਾਡੇ ਮਨ ਵਿੱਚ ਵੀ ਕੋਈ ਨਾ ਕੋਈ ਹੋਰ ਸਵਾਲ ਜ਼ਰੂਰ ਉਪਜਦੇ ਹੋਣਗੇ ਮੈਨੂੰ ਲੱਗਦਾ ਕਿ ਮੇਰੇ ਕੋਲ ਵੀ ਸਵਾਲਾਂ ਦਾ ਹਲੇ ਹੋਰ ਢੇਰ ਹੈਗਾ ਕਾਫੀ ਜ਼ਿਆਦਾ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਜਿਹੜੇ ਤੁਹਾਡੇ ਸਵਾਲ ਹੋਣਗੇ ਕੁਝ ਹੋਰ ਨਵੇਂ ਆਪਾਂ ਉਹਦੇ ਸਮੇਂ ਵਿੱਚ ਦੁਬਾਰਾ ਫਿਰ ਸਬੱਬ ਬਣੂਗਾ ਤੇ ਆਪਾਂ ਉਹ ਸਵਾਲ ਇਹਨਾਂ ਦੇ ਨਾਲ ਦੁਬਾਰਾ ਫਿਰ ਜ਼ਰੂਰ ਡਿਸਕਸ ਕਰਾਂਗੇ ਜਾਂਦੇ ਜਾਂਦੇ ਦੋ ਕਲੈਨਾ ਵਿੱਚ ਤਾਂ ਤੁਹਾਨੂੰ ਬਾਕੀ ਸੂਬਿਆਂ ਦੇ ਨਾਲੋਂ ਪੰਜਾਬ 'ਚ ਕੁਝ ਫਰਕ ਲੱਗਾ ਜਾਂ ਐਂ ਲੱਗਾ ਕਿ ਨਹੀਂ ਯਾਰ ਉੱਥੇ ਵੀ ਇਦਾਂ ਹੀ ਆ ਇੱਥੇ ਵੀ ਵਈ ਆ ਪੰਜਾਬ ਤਾਂ ਇੱਕ ਮਾਰਸ਼ਲ ਕੌਮ ਹੈ ਪੰਜਾਬ ਮਾਰਸ਼ਲ ਜਗਾ ਹੈ ਔਰ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਕਮੇ ਆ ਜੋ ਸਤਿਭਾਵਨਾ ਜੋ ਪਿਆਰ ਸਾਨੂੰ ਪੰਜਾਬ 'ਚ ਮਿਲਿਆ ਉਸ ਤੋਂ ਵੱਡਾ ਕੁਛ ਵੀ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਪੰਜਾਬ ਦੀ ਕਦਰ ਕਰਦੇ ਹੈਗੇ ਆਂ ਪੰਜਾਬ ਐਕਚੁਅਲ ਇੰਡੀਆ ਸੋਨੇ ਦੀ ਚੜੀ ਨਹੀਂ ਪੰਜਾਬ ਸੋਨੇ ਦੀ ਚੜੀ ਹੈਗੀ ਹੈ ਤਾਂ ਇਸ ਕਰਕੇ ਅਸੀਂ ਆਪਣੇ ਪੂਰੇ ਭਾਰਤਵਰਸ਼ ਨੂੰ ਇਸੇ ਰਾਸਤੇ ਦੇ ਉੱਤੇ ਲਿਆਉਣਾ ਚਾਹੁੰਦੇ ਜਿਸ ਰਾਸਤੇ ਦੇ ਉੱਤੇ ਪੰਜਾਬ ਚੱਲ ਰਿਹਾ ਹੈਗਾ ਔਰ ਅਸੀਂ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਬਿਰਾਜਮਾਨ ਹੈਗੇ ਆ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਿੱਨੇ ਸਤਗੁਰੂ ਮਹਾਰਾਜ ਆ ਉਹਨਾਂ ਦੀ ਹਜ਼ੂਰੀ ਦੇ ਵਿੱਚ ਅਸੀਂ ਵਾਅਦਾ ਕਰਦੇ ਆਂ ਕਿ ਅਸੀਂ ਇਸ ਪੋਜੀਸ਼ਨ ਦੇ ਵਿੱਚ ਆਪਣੇ ਪੰਜਾਬ ਨੂੰ ਕੀ ਪੂਰੇ ਇੰਡੀਆ ਨੂੰ ਲੈ ਕੇ ਆਵਾਂ ਜੋ ਪੰਜਾਬ ਦੇ ਵਿੱਚੋਂ ਵਿਛੜਿਆ ਹੈਗਾ ਉਹਦੇ ਹਿਸਾਬ ਨਾਲ ਅਸੀਂ ਚੱਲਾਂਗੇ ਜ਼ਰੂਰ ਤਨਵਾਜੀ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ